press the bell icon and never miss a video from newsnumber.com. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਤਰੁਣ ਨਈਅਰ ਔਰ ਮੈਂ ਨਵਿਆ ਬੇਰੀ newsnumber.com ਦੇਖ ਰਹੇ ਸਭੀ ਦਰਸ਼ਕੋ ਕਾ ਹਾਰਦਿਕ ਸਵਾਗਤ ਕਰਤੀ ਹੂੰ। ਦੋਸਤੋ, ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਇੰਟਰਨੈਸ਼ਨਲ ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਜੀ ਦੇ ਨਾਲ, ਜਿਨ੍ਹਾਂ ਦੇ 550 ਗੀਤ ਆ ਚੁੱਕੇ ਹਨ ਅਤੇ ਹੋਰ ਵੀ ਨਵੇਂ ਗੀਤ ਲੈ ਕੇ ਆ ਰਹੇ ਹਨ। ਚਲੋ ਆਓ ਕਰਦੇ ਉਹਨਾਂ ਨਾਲ ਗੱਲਬਾਤ। ਸਰ, ਸਭ ਤੋਂ ਪਹਿਲੇ ਤੋਂ newsnumber.com ਪੇ ਆਪਕਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਨਵਿਆ ਜੀ, ਆਪਕਾ ਬਹੁਤ ਸ਼ੁਕਰੀਆ। ਥੈਂਕ ਯੂ ਸਰ। ਔਰ ਤਰੁਣ ਜੀ ਕਾ ਬਹੁਤ ਬਹੁਤ ਸ਼ੁਕਰੀਆ। ਆਪ ਸਾਰੀ ਜੋ ਟੀਮ ਹੈ ਬਹੁਤ ਅੱਛਾ ਕੰਮ ਕਰ ਰਹੀ ਹੈ। ਮੇਰੇ ਕੋ ਅੱਛਾ ਲੱਗ ਰਿਹਾ ਕਿ ਮੈਂ ਆਪਕੇ ਸਾਥ ਅੱਜ ਕੰਮ ਕਰ ਰਹਾ ਹੂੰ। ਮੇਰੇ ਕੋ ਮੌਕਾ ਦਿਆ ਆਪਨੇ, ਆਪਕੀ ਟੀਮ ਕਾ, ਆਪਕੇ ਚੈਨਲ ਕਾ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹੂੰ, ਧੰਨਵਾਦ ਕਰਤਾ ਹੂੰ। ਔਰ ਮੈਂ ਆਜ ਆਪਣੀ ਜ਼ਿੰਦਗੀ ਮੈਂ ਜੋ ਜੋ ਕਾਮ ਕੀਆ ਹੈ ਉਸਕੇ ਉੱਪਰ ਥੋੜ੍ਹੀ ਪੰਛੀ ਜਹਾਦ ਡਾਲੂੰਗਾ, ਜੋ ਕਿ ਲੋਕੋਂ ਕੋ ਥੋੜ੍ਹਾ ਪਤਾ ਚੱਲ ਜਾਏ ਕਿ ਮੈਨੇ ਕਿਆ ਕਿਆ ਕੀਆ ਜ਼ਿੰਦਗੀ ਮੈਂ, ਕਿਆ ਕਿਆ ਨਹੀਂ ਕੀਆ, ਕਿਆ ਕਿਆ ਕਰਨਾ ਬਾਕੀ ਹੈ। ਉਹ ਅੱਜ ਆਪਕੇ ਥਰੂ ਮੈਂ ਲੋਕੋਂ ਕੇ ਰੂਬਰੂ ਹੋਊਂਗਾ। ਮੈਂ ਪੰਜਾਬੀ ਸਰੋਤੋਂ ਕਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਤਾ ਹੂੰ, ਜਿਨ੍ਹਾਂ ਨੇ ਮੇਰੇ ਕੋ ਇਤਨਾ ਪਿਆਰ ਦਿਆ। ਥੈਂਕ ਯੂ ਸੋ ਮਚ ਸਰ। ਸਰ, ਸਭ ਤੋਂ ਪਹਿਲੇ ਤੋਂ ਮੈਂ ਬਾਤ ਕਰਨਾ ਚਾਹੂੰਗੀ, ਜੋ ਰੀਸੈਂਟਲੀ ਆਪਕਾ ਅਭੀ ਗਾਣਾ ਆਇਆ ਹੈ ਜਿਸਕਾ ਨਾਮ ਹੈ ਟਾਊਨ, ਜਿਸੇ ਲੋਕੋਂ ਨੇ ਬਹੁਤ ਜ਼ਿਆਦਾ ਪਿਆਰ ਦਿਆ ਹੈ, ਉਸਕੇ ਬਾਰੇ ਮੈਂ ਆਪ ਹਮਾਰੇ ਵਿਊਅਰਸ ਕੇ ਸਾਥ ਕੁਛ ਬਾਤੇ ਸ਼ੇਅਰ ਕੀਜੀਏ ਕਿ ਕਿਸ ਤਰ੍ਹਾਂ ਆਪਕੋ ਇਹ ਗਾਣਾ ਮਿਲਾ ਔਰ ਕੈਸਾ ਰਹਾ ਇਸਕਾ ਸਫ਼ਰ। ਸਭ ਤੋਂ ਪਹਿਲਾਂ ਜੀ, ਮੈਂ ਜਿੰਨੇ ਦਰਸ਼ਕ ਅੱਜ ਦਾ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਨੂੰ ਇਹ ਕਹੂੰਗਾ ਕਿ ਮੇਰਾ ਟਾਊਨ ਗੀਤ ਜਿਹੜਾ ਕਾਫੀ ਸਮੇਂ ਬਾਅਦ ਮਾਰਕੀਟ ਵਿੱਚ ਆਇਆ, ਅਤੇ ਟਾਊਨ ਗੀਤ ਨੂੰ ਲਿਖਿਆ ਮੇਰੇ ਬਹੁਤ ਪਰਮ ਮਿੱਤਰ, ਮੇਰਾ ਬਹੁਤ ਛੋਟਾ ਭਰਾ, ਮੇਰਾ ਮੈਂਟੂ ਹੇਰ, ਪੰਜਾਬ ਦਾ ਬਹੁਤ ਨਾਮੀ ਰਾਈਟਰ ਹੈ, ਉਹਨਾਂ ਦੀ ਕਲਮ ਤੋਂ ਲਿਖਿਆ ਆ। ਅਤੇ ਉਹਨੇ ਬੜੇ ਖੂਬਸੂਰਤ ਤਰੀਕੇ ਨਾਲ ਇਸ ਗਾਣੇ ਨੂੰ ਲਿਖਿਆ। ਅੱਜ ਕੱਲ੍ਹ ਦੀ ਜਨਰੇਸ਼ਨ ਨੂੰ, ਜੋ ਅੱਜ ਕੱਲ੍ਹ ਦੇ ਮਾਡਰਨ ਬੱਚੇ, ਜੋ ਅੱਜ ਕੱਲ੍ਹ ਹੋ ਰਿਹਾ, ਉਹ ਸਮਾਜ ਨੂੰ ਦੇਖ ਕੇ ਉਹ ਗਾਣੇ ਨੂੰ ਕਲਮਬੰਦ ਕੀਤਾ। ਅਤੇ ਰੌਕੀ ਸਿੰਘ ਐਂਡ A2 ਅਮਰੀਕਾ USA ਤੋਂ ਉਹਨਾਂ ਨੇ ਇਸ ਗਾਣੇ ਦਾ ਜਿਹੜਾ ਵੀਡੀਓ ਤਿਆਰ ਕੀਤਾ। ਅਤੇ A2 ਈਸ਼ਵਰਦੀਪ ਸਿੰਘ, ਗਗਨਦੀਪ ਸਿੰਘ, ਦੋ ਬ੍ਰਦਰ ਆ, ਉਹਨਾਂ ਨੇ ਇਸ ਗੀਤ ਦਾ ਜਿਹੜਾ ਮਿਊਜ਼ਿਕ ਕੀਤਾ ਅਤੇ ਵੀਡੀਓ ਰੌਕੀ ਸਿੰਘ ਅਤੇ ਉਹਨਾਂ ਰਲ ਕੇ ਕੀਤਾ। ਅਤੇ ਜੀ ਮਿਊਜ਼ਿਕ ਕੰਪਨੀ ਬੰਬੇ ਦੀ, ਹਿੰਦੁਸਤਾਨ ਦੀ ਨੰਬਰ 1 ਕੰਪਨੀ ਆ, ਜਿਹਦੇ ਵਿੱਚ ਮੈਨੂੰ ਗਾਣਾ ਰਿਲੀਜ਼ ਹੋਣ ਦਾ ਮਾਣ ਮਿਲਿਆ ਅਤੇ ਮੈਨੂੰ ਮੌਕਾ ਮਿਲਿਆ। ਮੈਂ ਬਹੁਤ ਆਪਣੇ ਆਪ ਨੂੰ ਆਈ ਐਮ ਵੈਰੀ ਲੱਕੀ, ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਐਡਾ ਵੱਡਾ ਮੌਕਾ ਕੰਪਨੀ ਦਿੱਤਾ। ਅਤੇ ਮੈਂ ਕੰਪਨੀ ਦਾ ਥੈਂਕਸ ਕਰਦਾ ਹਾਂ, ਆਪਣੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਇਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ। ਜੀ ਸਰ, ਅਸੀਂ ਜਿੰਨੇ ਵੀ ਯੂਟਿਊਬ 'ਤੇ ਸਾਡੇ ਹੁਣ ਤੱਕ ਜਿਹੜੇ ਹੈਗੇ ਆ ਸਾਡੇ ਵਿਊ, ਉਹਦੇ ਹੈਗੇ ਆ ਬਿਲਕੁਲ ਨੈਚੁਰਲ ਹੈ, ਅਸਲੀ ਆ, ਅਸੀਂ ਫੇਕ ਵਿਊ ਨਹੀਂ ਲਏ ਹੈਗੇ ਅਤੇ ਨਾ ਫੇਕ ਵਿਊ ਲੈਣ ਦੀ ਮੈਨੂੰ ਲੋੜ ਹੀ ਆ। ਮੈਂ ਇਹ ਦੇਖਦਾ ਸੀ ਵੀ ਲੋਕ ਮੈਨੂੰ ਕਿੰਨਾ ਕੁ ਪਿਆਰ ਕਰਦੇ ਆ, ਪਰ ਲੋਕਾਂ ਨੇ ਮੈਨੂੰ ਬਹੁਤ ਪਿਆਰ ਕੀਤਾ, ਮੈਂ ਕਰੀ ਜਾਂਦੇ ਹਾਂ, ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ। ਜੀ ਸਰ, ਜੈਸੇ ਆਪ ਥੋੜ੍ਹੇ ਸੇ ਬ੍ਰੇਕ ਕੇ ਬਾਅਦ ਆਪਣੇ ਇਹ ਗਾਣਾ ਰਿਲੀਜ਼ ਕੀਆ, ਤੋ ਆਪਣੇ ਇਹ ਬ੍ਰੇਕ ਕਿਸ ਲਈ ਆਇਆ ਆਪਕੀ ਲਾਈਫ ਮੇਂ, ਕਿਉਂਕਿ ਆਪ ਇਤਨੇ ਬਿਹਤਰੀਨ ਸਿੰਗਰ ਹੈ, ਆਪ 32 ਸਾਲ ਸੇ ਇਸ ਇੰਡਸਟਰੀ ਮੇਂ ਹੈ। ਐਸੇ ਹੈ ਨਾ, ਅੱਜ ਕੱਲ੍ਹ ਥੋੜ੍ਹਾ ਪੈਸੇ ਦਾ ਜ਼ਮਾਨਾ, ਯੁੱਗ ਹੈਗਾ ਪੈਸੇ ਦਾ। ਅੱਗੇ ਜਦੋਂ ਅਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਕੈਸਟਾਂ ਰਿਲੀਜ਼ ਕੀਤੀਆਂ, ਉਦੋਂ ਸਾਡਾ ਆਡੀਓ ਅਸੀਂ ਰਿਕਾਰਡ ਕਰਦੇ ਸੀਗੇ, ਇੱਕ ਜਦੋਂ ਆਡੀਓ ਰਿਕਾਰਡ ਕਰਦੇ ਸੀ ਤਾਂ 8-10 ਹਜ਼ਾਰ ਰੁਪਇਆ ਇੱਕ ਆਡੀਓ 'ਤੇ ਲੱਗਦਾ ਸੀ, ਅਤੇ ਉਹ ਲੱਖਾਂ ਦੇ ਹਿਸਾਬ ਨਾਲ ਵਿਕ ਜਾਂਦੀ ਸੀਗੀ। ਅੱਗੇ ਸਾਨੂੰ ਕੰਪਨੀਆਂ ਵਾਲੇ ਪੈਸੇ ਦਿੰਦੇ ਸੀਗੇ, ਹੁਣ ਜਿੰਨੇ ਵੀ ਕੰਪਨੀ ਵਾਲੇ ਆ ਉਹ ਹਰ ਸਿੰਗਰ ਦੇ ਕੋਲੋਂ ਪੈਸੇ ਲੈਂਦੇ ਆ, ਵੈਰੀ ਫਰੈਂਕ। ਇਹਦੇ ਵਿੱਚ ਕੋਈ ਸਿੰਗਰ ਇਹ ਆਪਣੇ ਆਪ ਨੂੰ ਪ੍ਰਾਊਡ ਨਾ ਸਮਝੇ ਕਿ ਮੇਰਾ ਗਾਣਾ ਚੱਲ ਰਿਹਾ ਚੈਨਲਾਂ 'ਤੇ ਜਾਂ ਇਹ ਹੋ ਰਿਹਾ ਵੋ ਹੋ ਰਿਹਾ, ਸਾਰਾ ਕੁਛ ਨਕਲੀ ਹੋ ਰਿਹਾ, ਠੀਕ ਹੈ ਨਾ। ਨਕਲੀ ਫੇਕ ਵਿਊ ਲੋਕਾਂ ਦੇ ਕਰੋੜਾਂ 'ਚ ਹੋ ਜਾਂਦੇ ਰਾਤ ਨੂੰ ਹੁੰਦਾ ਆ 1 ਕਰੋੜ, ਅਤੇ ਜਦੋਂ ਉਹਦੀ ਐਡ ਬੰਦ ਹੋ ਜਾਂਦੀ ਆ ਉਹ ਕਰੋੜ 'ਤੇ ਖੜ੍ਹ ਜਾਂਦਾ ਗਾਣਾ, ਫੇਰ ਕਿਉਂ ਨਹੀਂ ਦੇਖਦੇ ਲੋਕ ਇਹਨਾਂ ਸਿੰਗਰਾਂ ਨੂੰ ਨਾ। ਅਤੇ ਇਹ ਪੈਸੇ ਦੇ ਕੇ ਸਿੰਗਰ ਪੱਲਿਓਂ ਆ ਰਹੇ ਆ,
ਅਤੇ ਉਹ ਜਿਹੜੇ ਕੰਪਨੀਆਂ ਵਾਲੇ ਆ ਉਹ ਸਾਡੇ ਕੋਲੋਂ ਵੀ ਪੈਸੇ ਭਾਲਦੇ ਆ ਵੀ ਅਸੀਂ ਪੁਰਾਣੇ ਸਿੰਗਰਾਂ ਕੋਲੋਂ ਵੀ ਪੈਸੇ ਲਈਏ। ਪੁਰਾਣੇ ਸਿੰਗਰ ਇਸੇ ਕਰਕੇ ਘਰ ਬੈਠੇ ਆ ਕਿ ਅਸੀਂ ਪੈਸੇ ਨਹੀਂ ਖਰਚਣੇ, ਜਿਹਨਾਂ ਨੂੰ ਚੰਗਾ ਲੱਗੂ ਉਹ ਸਾਨੂੰ ਰਿਕਾਰਡ ਕਰੂਗਾ, ਜਿਹਨਾਂ ਨੂੰ ਚੰਗਾ ਲੱਗੂ ਉਹ ਸਾਨੂੰ ਲੈ ਜਾਊਗਾ, ਨਹੀਂ ਤਾਂ ਅਦਰਵਾਈਜ਼ ਅਸੀਂ ਇੱਦਾਂ ਦਾ ਕੰਮ ਨਹੀਂ ਕਰਾਂਗੇ। ਅਤੇ ਅਸੀਂ ਆਪਣੀ ਗਾਇਕੀ ਦੇ ਦਮ ਦੇ ਉੱਤੇ ਅੱਗੇ ਆਏ ਹਾਂ, ਅਸੀਂ ਮਿਹਨਤ ਕਰਕੇ ਅੱਗੇ ਆਏ ਹਾਂ। ਅੱਜ ਕੱਲ੍ਹ ਇਹ ਨਹੀਂ ਕਿ ਸਟੂਡੀਓ 'ਚ ਗਾਣਾ ਜਾ ਕੇ ਰਿਕਾਰਡ ਕਰ ਲਿਆ ਅਤੇ ਉਹਦੀ ਹੌਲੀ ਹੌਲੀ ਇੱਕ ਲਾਈਨ ਡੱਬ ਕਰ ਲਈ। ਸਟੇਜ 'ਤੇ ਜਾ ਕੇ ਕਲਾਕਾਰਾਂ ਕੋਲ ਗਾ ਨਹੀਂ ਹੁੰਦਾ, ਸੀਡੀ ਲਾ ਕੇ ਗਾਉਣਾ, ਅਸੀਂ ਨਾ ਸੀਡੀ ਲਾ ਕੇ ਗਾਇਆ ਨਾ ਗਾਵਾਂਗੇ। ਜਿੰਨੀ ਦੇਰ ਗਾਉਣਾ ਅਸੀਂ ਲਾਈਵ ਗਾਉਣਾ, ਥਰੂ ਆਊਟ ਵਰਲਡ ਜਿੰਨੇ ਵੀ ਸ਼ੋਅ ਕੀਤੇ, ਜਿੰਨੇ ਪ੍ਰੋਗਰਾਮ ਕੀਤੇ, ਹਿੰਦੁਸਤਾਨ 'ਚ ਕੀਤੇ, ਜਿੱਥੇ ਵੀ ਕੀਤੇ ਪ੍ਰੋਗਰਾਮ, ਮੈਂ ਅੱਜ ਤੱਕ ਸੀਡੀ ਲਾ ਕੇ ਨਹੀਂ ਗਾਇਆ। ਅਤੇ ਇਸ ਕਰਕੇ ਵੀ ਇਸ ਕਰਕੇ ਥੋੜ੍ਹਾ ਗੈਪ ਪੈ ਗਿਆ। ਅਤੇ ਫਿਰ ਵੀ ਹੁਣ ਮੈਂ ਇਸ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਤੇ ਪੈਸੇ ਖਰਚੇ ਆ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ, ਮੈਨੂੰ ਮੁੜ ਕੇ ਫਿਰ ਮਾਰਕੀਟ 'ਚ ਲਿਆਂਦਾ। ਅਤੇ ਨਾਲ ਦੀ ਨਾਲ ਮੈਨੂੰ 3 ਪੰਜਾਬੀ ਫਿਲਮਾਂ, 1 ਹਿੰਦੀ ਫਿਲਮ ਵਿੱਚ ਗਾਣਾ ਗਾਉਣ ਦਾ ਮੌਕਾ ਮਿਲਿਆ, ਜਿਹੜੀਆਂ ਜਲਦੀ ਪੰਜਾਬੀ ਫਿਲਮਾਂ ਵੀ ਆ ਰਹੀਆਂ, ਹਿੰਦੀ ਵੀ ਆ ਰਹੀ ਆ। ਨਾਂ ਨਹੀਂ ਅਨਾਊਂਸ ਕਰਨੇ ਹਜੇ ਮੈਂ, ਕਿਉਂਕਿ ਫਿਰ ਵੀ ਤੁਹਾਡਾ ਨਾਲ ਇੰਟਰਵਿਊ ਕਰਨੀ ਮੈਂ, ਕੋਈ ਹੋਰ ਵੀ ਬਚਾ ਕੇ ਰੱਖ ਲਈਏ। ਅਤੇ ਮੈਂ ਜਿਹੜਾ ਨਵਾਂ ਗੀਤ ਆਇਆ ਉਹਦੇ ਕੁਝ ਬੋਲ ਤੁਹਾਡੇ ਨਜ਼ਰ ਕਰ ਰਿਹਾ। ਉਹ ਤਿੱਖਾ ਨੱਕ ਪਤਲੇ ਲਕਵਾੜੀ ਉਮਰੀ 18 ਨਖਰੇ ਚਾੜੀ, ਤਿੱਖਾ ਨੱਕ ਪਤਲੇ ਲਕਵਾੜੀ ਉਮਰੀ 18 ਨਖਰੇ ਚਾੜੀ, ਨਾ ਫੋਨ ਦੇਵੇ ਨਾ ਲੈਂਦੀ ਮੁੰਡਿਓ ਪਤਾ ਕਰੋ, ਕੁੜੀ ਕਿਹੜੇ ਟੌਨ ਵਿੱਚ ਰਹਿੰਦੀ ਮੁੰਡਿਓ ਪਤਾ ਕਰੋ, ਕਿਹੜੇ ਟੌਨ ਵਿੱਚ ਰਹਿੰਦੀ ਮੁੰਡਿਓ ਪਤਾ ਕਰੋ। ਕੀ ਬਾਤ ਹੈ ਸਰ, ਕੀ ਬਾਤ ਹੈ, ਥੈਂਕ ਯੂ ਵੈਰੀ ਮਚ, ਮਿਹਰਬਾਨੀ ਜੀ, ਥੈਂਕ ਯੂ, ਧੰਨਵਾਦ। ਸਰ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ, ਤੁਹਾਡੀ ਐਲਬਮ ਜਿਹੜੀ ਸੀਗੀ ਛੱਲੇ ਮੁੰਡੀਆਂ ਸਭ ਤੋਂ ਜ਼ਿਆਦਾ ਸੁਪਰ ਡੁਪਰ ਹਿੱਟ ਗਈ ਸੀਗੀ ਜੀ, ਇਹ ਪ੍ਰੋਜੈਕਟ ਤੁਹਾਨੂੰ ਕਿੱਦਾਂ ਮਿਲਿਆ, ਕਦੋਂ ਮਿਲਿਆ, ਇਹਦੀ ਕੀ ਕਹਾਣੀ ਆ? ਇਹ ਜੀ ਜਦੋਂ ਅਸੀਂ ਸਟਰਗਲ ਕਰਦੇ ਸੀ ਨਾ, ਇਹ ਉਸ ਟਾਈਮ ਦੀ ਕਹਾਣੀ ਆ, ਬੜੀ ਲੰਮੀ ਚੌੜੀ ਕਹਾਣੀ ਆ। ਪਹਿਲਾਂ ਇਹ ਜਿਹੜਾ ਗੀਤ ਸੀਗਾ ਮੇਰੇ ਜਨਾਬ, ਸਾਡੇ ਗੁਰੂ ਸਾਰੇ ਸਿੰਗਰਾਂ ਦੇ ਮੈਂ ਕਹੂੰਗਾ, ਜਨਾਬ ਚਰਨਜੀਤ ਹੋਜਾ ਸਾਹਿਬ ਹਿੰਦੁਸਤਾਨ ਦੇ ਪੰਜਾਬੀ ਦੇ ਬਹੁਤ ਵੱਡੇ ਸੰਗੀਤਕਾਰ ਹੋਏ ਆ, ਉਹਨਾਂ ਦੀ ਕੰਪੋਜੀਸ਼ਨ ਬਣਾਈ ਆ। ਮੈਂ ਪਹਿਲਾਂ ਇਹ ਗੀਤ ਉਹਨਾਂ ਨਾਲ ਕਰਨਾ ਸੀਗਾ, ਫਿਰ ਜਿਨ੍ਹਾਂ ਨੇ ਲਿਖਿਆ ਸ਼ਾਰੀ ਭਾਅ ਜੀ ਉਹ ਕੈਨੇਡਾ ਰਹਿੰਦੇ ਆ, ਅਤੇ ਉਹ ਮੈਨੂੰ ਛੱਡ ਕੇ ਆਏ ਗੁਰੂ ਜੀ ਕੋਲ, ਅਤੇ ਮੈਂ ਗੁਰੂ ਜੀ ਨੂੰ ਪੁੱਛਿਆ ਗੁਰੂ ਜੀ ਕਿੰਨਾ ਕੁ ਟਾਈਮ ਲੱਗੂ, ਕਹਿੰਦੇ 3 ਸਾਲ ਲੱਗਣੇ ਆ। ਮੈਂ ਜੀ 10 ਦਿਨ ਬਾਅਦ ਦੌੜਿਆ ਉੱਥੋਂ ਦਿੱਲੀ ਤੋਂ, ਅਤੇ ਫਿਰ ਮੈਂ ਆ ਕੇ ਜੀ ਇਹ ਗੀਤ ਜਿਹੜਾ ਆ ਸੰਗੀਤਕਾਰ ਸੁਰਿੰਦਰ ਬਚਨ ਜੀ ਉਹਨਾਂ ਦੇ ਨਾਲ ਮੈਂ ਰਿਕਾਰਡ ਕੀਤਾ। ਮੇਰਾ 8-9 ਹਜ਼ਾਰ ਰੁਪਇਆ ਲੱਗਾ ਸੀ ਉਸ ਗਾਣੇ 'ਤੇ, ਅਤੇ ਪਹਿਲਾਂ ਸਾਡੀ ਇਹ ਟੇਪ ਕੋਈ ਨਹੀਂ ਲੈਂਦਾ, ਜਿਹੜੀ ਕੰਪਨੀ ਕੋਲ ਲੈ ਕੇ ਜਾਣਾ ਮੈਂ ਕਿਹਾ ਜੀ ਆ ਸਾਡੀ ਟੇਪ ਰਿਕਾਰਡ ਕੀਤੀ ਆ ਤੁਸੀਂ ਲੈ ਲਓ, ਉਹ ਕਹਿੰਦੇ ਨਹੀਂ ਐਸੇ ਗਾਣੇ ਨਹੀਂ ਚੱਲਦੇ, ਆਪ ਜਾਈਏ। ਮੈਂ ਕਿਹਾ ਕੈਸੇ ਗਾਣੇ ਚੱਲਦੇ ਆ? ਕਹਤੇ ਆਪ ਦੁਗਾਣੇ ਗਾ ਸਕਦੇ ਆ? ਮੈਂ ਕਿਹਾ ਜੀ ਮੈਂ ਦੁਗਾਣੇ ਤੋਂ ਗਾਤਾ ਨਹੀਂ, ਮੈਂ ਤਾਂ ਸੋਲੋ ਗਾਤਾ ਹੂੰ। ਕਹਤੇ ਸੋਲੋ ਗਾਇਕੀ ਕਾ ਯੋਗ ਨਹੀਂ ਹੈ? ਮੈਂ ਕਿਹਾ ਜੀ ਅੱਛਾ ਜੀ, ਜਿੱਥੇ ਵੀ ਜਾਣਾ ਸਾਨੂੰ ਕੰਪਨੀਆਂ ਨੇ ਬਾਹਰੋਂ ਮੋੜ ਦੇਣਾ। ਫਿਰ ਗੌਰਵ ਤਹਿਰੇਨ ਸਾਹਿਬ ਕੈਟਰ ਕੰਪਨੀ ਜਿਹੜੀ ਸ਼ੁਰੂ ਹੋਈ, ਮੈਂ ਇਹ ਕਹੂੰਗਾ ਲਗਭਗ ਉਹ ਜਿਹੜੀ ਕੈਟਰ ਕੰਪਨੀ ਆ ਉਹ ਮੇਰੇ ਤੋਂ ਹੀ ਸ਼ੁਰੂ ਹੋਈ ਆ, ਮੈਨੂੰ ਉਹਨਾਂ ਨੇ ਬਹੁਤ ਮਾਣ ਦਿੱਤਾ, ਗੌਰਵ ਭਰਾ ਮੇਰਾ। ਫਿਰ ਮੈਂ ਗੌਰਵ ਜੀ ਨੂੰ ਇਹ ਪ੍ਰੋਜੈਕਟ ਧਨੋਆ ਪ੍ਰੋਡਕਸ਼ਨ ਵਾਲੇ ਜੋਨੀ ਭਾਅ ਜੀ ਇੰਗਲੈਂਡ ਰਹਿੰਦੇ ਆ, ਉਹਨਾਂ ਨੂੰ ਮੈਂ ਸੁਣਾਇਆ ਗਾਣਾ, ਉਹਨਾਂ ਨੇ ਫਿਰ ਮੇਰੀ ਕੈਸਟ ਜਿਹੜੀ ਆ ਉਹ 35,000 'ਚ ਖਰੀਦ ਲਈ, 9,000 ਰੁਪਇਆ ਲੱਗਾ ਸੀ ਮੇਰਾ ਉਸ ਟਾਈਮ, ਟੂ ਮੱਚ ਇੰਨੀ ਮਨੀ ਸੀਗੀ ਵੀ ਜਿਹੜੀ ਮੈਨੂੰ ਕਮ ਬੈਕ ਹੋ ਗਈ, ਅਤੇ ਮੈਨੂੰ ਇਹ 35,000 ਰੁਪਇਆ ਮਿਲ ਗਿਆ। ਅਤੇ ਫਿਰ ਜਦੋਂ ਇਹ ਟੇਪ ਸਾਡਾ ਦੂਰਦਰਸ਼ਨ ਜਲੰਧਰ 'ਤੇ ਪਹਿਲੀ ਵਾਰੀ ਹਰਜੀਤ ਸਿੰਘ ਭਾਅ ਜੀ ਉਹਨਾਂ ਦੀ ਬਦੌਲਤ ਇੱਕ ਰੌਣਕ ਮੇਲਾ ਪ੍ਰੋਗਰਾਮ ਚੱਲਦਾ ਹੁੰਦਾ ਜਲੰਧਰ ਦੂਰਦਰਸ਼ਨ 'ਤੇ, ਉਹਦੇ ਵਿੱਚ ਜਦੋਂ ਮੈਂ ਪਹਿਲੀ ਵਾਰੀ ਗਾਣਾ ਗਾਇਆ ਅਤੇ ਇਹ ਗਾਣਾ ਸਾਡਾ ਸੁਪਰ ਡੁਪਰ ਹਿੱਟ ਹੋ ਗਿਆ ਬਿਨਾਂ ਕੈਸਟ ਆਉਣ ਤੋਂ। ਉਸ ਵੇਲੇ ਜਿਹੜੇ VCR 'ਤੇ ਨਾ ਰਿਕਾਰਡ ਕਰ ਲੈਂਦੇ ਸੀਗੇ ਦੁਕਾਨਾਂ ਵਾਲੇ, ਉਸ ਟਾਈਮ 5 ਰੁਪਏ ਦਾ ਗਾਣਾ ਭਰ ਕੇ ਦੁਕਾਨਾਂ ਵਾਲੇ ਵੇਚਦੇ ਹੁੰਦੇ ਸੀ ਗਾਣਾ, ਬਿਨਾਂ ਐਡ ਤੋਂ, ਬਿਨਾਂ ਕੈਸਟ ਆਉਣ ਤੋਂ ਇਹ ਮੇਰਾ ਗਾਣਾ ਹਿੱਟ ਹੋ ਗਿਆ। ਫਿਰ ਜਦੋਂ ਕੈਸਟ ਸਾਡੀ ਮਾਰਕੀਟ 'ਚ ਆਈ ਅਤੇ 35-37 ਲੱਖ ਦੇ ਗੇੜ ਵਿੱਚ ਵਿਕੀ, ਜੋ ਕਿ ਉਸ ਵੇਲੇ 40-45-50 ਹਜ਼ਾਰ ਲੋਕਾਂ ਦੀ ਟੇਪ ਵਿਕਦੀ ਸੀਗੀ,
ਅਤੇ ਮੈਨੂੰ ਬੜਾ ਮਾਣ ਮਹਿਸੂਸ ਆ। ਉਸ ਤੋਂ ਬਾਅਦ ਫਿਰ ਲੜੀਵਾਰ ਮੈਂ ਬਹੁਤ ਸਾਰੀਆਂ ਕੈਸਟਾਂ ਦਿੱਤੀਆਂ, ਜਿਵੇਂ ਮੁੰਡਾ ਦਿਲ ਦਾ ਨਹੀਂ ਮਾੜਾ ਆ ਜਾ ਵੇਖ ਲੈ ਮੁਹੱਬਤਾਂ ਪਾ ਕੇ, ਨਿੱਕੀ ਜਿਹੀ ਗੱਲ ਪਿੱਛੇ ਝੱਲੀਏ ਚੰਨ ਜਿਹਾ ਯਾਰ ਨਿਸਾਈ ਦਾ, ਚਾਬੀਏ ਸੰਦੂਕ ਦੀ ਹੈ ਗੋਲੀਏ ਬੰਦੂਕ ਦੀ ਹੈ, ਵੱਜ ਕੇ ਯਾਰਾਂ ਦੇ ਸੀਨੇ ਨਿਕਲੀ ਤੂੰ ਪਾਰਨੀ, ਸ਼ਾਹਾਂ ਦੀ ਕੁੜੀ ਹੈ ਗਰੀਬ ਦਿੱਤਾ ਮਾਰਨੀ, ਟੈਪਸ ਕੰਪਨੀ ਤੋਂ ਮੇਰੀ ਟੇਪ ਆਈ ਪੰਗਾ ਪੈਣਾ ਪੈਣਾ, ਸਾਡੀ ਮੁੰਦਰੀ ਸੱਜਣਾ ਦੇ ਮੋੜ ਨਿਸ਼ਾਨੀ, ਹੋਰ ਬਹੁਤ ਸਾਰੇ ਨੇਕਾ ਗੀਤ, ਦਿੱਲੀ ਦੇ ਹਵਾਈ ਅੱਡੇ 'ਤੇ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ, ਹੁਣ ਤੈਨੂੰ ਚੰਗਾ ਨਹੀਂ ਲੱਗਦਾ। ਮੈਂ ਅੱਜ ਕੱਲ੍ਹ ਦੇ ਜਿੰਨੇ ਵੀ ਜੰਗ ਬੋਆਏ ਇਸ ਗੀਤ ਨੂੰ ਬਹੁਤ ਲਾਈਕ ਕਰਦੇ, ਮੈਨੂੰ ਬੜਾ ਮਾਣ ਹੈ ਕਿ ਜਿੰਨੇ ਅੱਜ ਕੱਲ੍ਹ ਦੇ ਨਵੇਂ ਸਿੰਗਰ ਆ, ਇੱਥੇ ਤੱਕ ਕਿ ਹਨੀ ਸਿੰਘ ਹੋਣੀ ਵੀ ਮੇਰਾ ਇਹ ਗਾਣਾ ਸਟੇਜ 'ਤੇ ਗਾਉਂਦੇ ਆ, ਮੈਨੂੰ ਪ੍ਰਾਊਡ ਆ, ਮੇਰੇ ਸਰੋਤਿਆਂ ਦਾ ਪਿਆਰ ਹੈ, ਮੇਰੇ ਸਰੋਤਿਆਂ ਦਾ ਮਾਣ ਆ, ਅਤੇ ਮੈਂ ਉਹਨਾਂ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਮੇਰੇ ਬਹੁਤ ਸਾਰੇ ਗੀਤਾਂ ਨੂੰ ਪਿਆਰ ਕਰਦੇ ਆ ਔਰ ਕਰਦੇ ਰਹਿਣਗੇ, ਮੈਂ ਉਹਨਾਂ ਦੇ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ। ਅਤੇ ਸਰ ਜਿੱਦਾਂ ਹੁਣੀ ਤੁਸੀਂ ਕਿਹਾ ਨਿੱਕੀ ਜਿਹੀ ਗੱਲ ਪਿੱਛੇ, ਜੇ ਉਹਦੇ ਵੀ ਸਾਨੂੰ ਤੁਸੀਂ ਬੋਲ ਸੁਣਾ ਦਿਉ। ਕਿਉਂ ਨਹੀਂ ਮਹਾਰਾਜ, ਉਹ ਵੀ ਸੁਣਾਉਂਦੇ ਜੀ। ਉਹ ਨਿੱਕੀ ਜਿਹੀ ਗੱਲ ਪਿੱਛੇ ਚੱਲੀਏ ਚੰਨ ਜਿਹਾ ਯਾਰ ਨਹੀਂ ਰਸਾਈ ਦਾ, ਹਾਂ ਇੱਕ ਮੁਸਕਾਨ ਨਾਲ ਸੋਣੀਏ ਰੁੱਸੇ ਹੋਏ ਯਾਰ ਨੂੰ ਮਨਾਈ ਦਾ, ਨਿੱਕੀ ਜਿਹੀ ਗੱਲ ਪਿੱਛੇ ਚੱਲੀਏ ਚੰਨ ਜਿਹਾ ਯਾਰ ਨਹੀਂ ਰਸਾਈ ਦਾ। ਕਿਆ ਬਾਤ ਹੈ ਸਰ, ਕਿਆ ਹੀ ਬਾਤ ਹੈ, ਥੈਂਕ ਯੂ ਮਿਹਰਬਾਨੀ। ਸਰ ਕਿਸੇ ਵੀ ਆਰਟਿਸਟ ਕਾ ਅਗਰ ਮੈਂ ਇਹ ਚੀਜ਼ ਕਹਿ ਸਕਤੀ ਹੂੰ, ਉਸਕਾ ਬੈਕਗ੍ਰਾਉਂਡ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਤਾ ਹੈ ਕਿ ਉਸੇ ਕਬ ਪਤਾ ਲਗਾ ਕਿ ਵੋ ਸਿੰਗਰ ਬਨਨੇ ਕੇ ਲਿਏ ਹੀ ਪੈਦਾ ਹੁਆ ਹੈ ਔਰ ਕਬ ਸੇ ਉਸਕਾ ਸਫ਼ਰ ਸ਼ੁਰੂ ਹੁਆ, ਤੋ ਮੈਂ ਆਪਸੇ ਯੇ ਪੁੱਛਣਾ ਚਾਹੂੰਗੀ ਕਿ ਬਚਪਨ ਸੇ ਹੀ ਆਪਕੋ ਗਾਣੇ ਕਾ ਸ਼ੌਂਕ ਰਹਾ ਹੈ। ਹਾਂ ਨਵਿਆ ਜੀ, ਮੈਂ ਜਦ ਛੋਟਾ ਸੀ ਨਾ ਤੇ ਬਨੇਰਿਆਂ ਤੇ ਸਪੀਕਰ ਵੱਜਦੇ ਹੁੰਦੇ ਸੀ, ਬਹੁਤ ਦੇਰ ਪਹਿਲਾਂ ਦੀ ਗੱਲ ਹੈ, 40-45 ਸਾਲ ਪਹਿਲਾਂ ਦੀ ਗੱਲ ਹੈ। ਬਾਪੂ ਲਾਲ ਚੰਦ, ਜਮਲਾ ਜੱਟ ਜੀ, ਮੁਹੰਮਦ ਸਦੀਕ, ਰਣਜੀਤ ਕੌਰ ਜੀ, ਸੁਰਿੰਦਰ ਸ਼ਿੰਦਾ ਜੀ, ਕੁਲਦੀਪ ਮਾਣਕ ਜੀ, ਹੋਰ ਬਹੁਤ ਸਾਰੇ, ਜਗਮੋਹਨ ਕੌਰ, ਕੇਦੀਪ ਜੀ, ਨਰਿੰਦਰ ਬੀਬਾ ਜੀ, ਇਹ ਪੁਰਾਣੇ ਇਹਨਾਂ ਦੇ ਗਾਣੇ ਜਦੋਂ ਵੱਜਦੇ ਸੀ ਨਾ ਬਨੇਰਿਆਂ 'ਤੇ, ਅਤੇ ਮੈਂ ਛੋਟਾ ਹੁੰਦਾ ਜਦੋਂ ਪਸ਼ੂ ਚਾਰਦਾ ਹੁੰਦਾ ਸੀ ਤਾਂ ਮੈਨੂੰ ਨਾ ਇੱਦਾਂ ਸ਼ੌਕ ਪੈ ਗਿਆ ਗਾਣੇ ਦਾ, ਵੀ ਇਹ ਮੈਂ ਕਿਹਾ ਗਾਣੇ ਬਹੁਤ ਚੰਗੇ ਲੱਗਦੇ ਆ। ਸਭ ਤੋਂ ਜ਼ਿਆਦਾ ਜਿਹੜੇ ਗਾਣੇ ਉਹ ਮੈਨੂੰ ਮਾਣਕ ਸਾਹਿਬ ਦੇ ਹੀ ਗਾਣੇ ਚੰਗੇ ਲੱਗਦੇ ਸੀ, ਸਾਰਿਆਂ ਦੇ ਗਾਣੇ ਬਹੁਤ ਵਧੀਆ, ਕੁਲਦੀਪ ਮਾਣਕ ਜੀ ਦਾ ਜ਼ਿਆਦਾ ਮੇਰੇ 'ਤੇ ਪ੍ਰਭਾਵ ਪਿਆ। ਅਤੇ ਅਸੀਂ ਜਦੋਂ ਕਿਸੇ ਨੇੜੇ ਪਿੰਡ ਵਿੱਚ ਕਿਸੇ ਗਾਉਣ ਵਾਲੇ ਨੇ ਪ੍ਰੋਗਰਾਮ ਕਰਨ ਵਾਸਤੇ, ਸ਼ੋਅ ਕਰਨ ਵਾਸਤੇ ਆਉਣਾ, ਅਤੇ ਅਸੀਂ ਉੱਥੇ ਚੱਲ ਜਾਣਾ, ਅਸੀਂ ਪ੍ਰੋਗਰਾਮ ਦੇਖ ਕੇ ਆਉਣਾ, ਅਸੀਂ ਨਿੱਕੇ ਨਿੱਕੇ ਹੁੰਦੇ ਮੂਹਰੇ ਬਹਿ ਜਾਣਾ ਅਤੇ ਘਰ ਆ ਕੇ ਸਾਡੇ ਕੁੱਟ ਪੈਣੀ ਵੀ ਕਿੱਥੇ ਗਏ ਸੀ। ਅਸੀਂ ਕਿਹਾ ਜੀ ਅਸੀਂ ਗਾਉਣ ਵਾਲਾ ਦੇਖਣ ਗਏ ਸੀ, ਘਰਦਿਆਂ ਨੇ ਕਹਿਣਾ ਗਾਉਣ ਵਾਲਿਆਂ ਦੇ ਨਾਲ ਹੀ ਰਲ ਜਾਓ ਅਤੇ ਕੰਮ ਕੌਣ ਕਰੂਗਾ। ਅਸੀਂ ਕਿਹਾ ਜੀ ਕੰਮ ਵੀ ਕਰ ਲਿਆ ਕਰਾਂਗੇ, ਫਿਰ ਸਾਡੇ ਕੁੱਟ ਕੁੱਟ ਪੈਣੀ ਇੱਦਾਂ। ਫਿਰ ਹੌਲੀ ਹੌਲੀ ਮੇਰੇ ਪਿੰਡ ਦੇ ਲੋਕ, ਮੇਰੇ ਇੱਦਾਂ ਜਿਹੜੇ ਮੇਰੇ ਤੋਂ ਥੋੜ੍ਹੇ ਸੀਨੀਅਰ ਮੇਰੇ ਵੱਡੇ ਜਿਹੜੇ ਪਿੰਡ ਦੇ ਭਰਾ ਮੇਰੇ, ਉਹਨਾਂ ਨੇ ਇੱਦਾਂ ਮੈਨੂੰ ਕਹਿਣਾ ਗਾਣਾ ਸੁਣਾ। ਮੈਂ ਜਿੱਥੇ ਵੀ ਮੈਨੂੰ ਇੱਧਰ ਆ ਤੁਰਿਆ ਜਾਂਦਾ ਗਾਣਾ ਸੁਣਾ, ਮੈਂ ਕਹਿਣਾ ਅੱਛਾ ਜੀ, ਮੈਂ ਫਿਰ ਮਾਣਕ ਸਾਹਿਬ ਦੇ ਗਾਣੇ ਗਾਉਣੇ। ਅਤੇ ਇੱਦਾਂ ਹੌਲੀ 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 ਚੇਟਕ ਲੱਗ ਗਈ ਮੈਨੂੰ, ਸਕੂਲੇ ਗਏ ਅਸੀਂ ਥੋੜ੍ਹੇ ਪੜ੍ਹੇ ਜੀ, ਅਤੇ ਸਕੂਲੇ ਵੀ ਮਾਸਟਰਾਂ ਨੇ ਕਹਿਣਾ ਵੀ ਗਾਣੇ ਸੁਣਾ, ਅਤੇ ਮਾਸਟਰਾਂ ਨੇ ਉੱਦਾਂ ਹੀ ਪਾਸ ਕਰ ਦੇਣਾ ਮੈਨੂੰ। ਉਸ ਵੇਲੇ ਮਾਸਟਰਾਂ ਨੇ ਮੈਨੂੰ 1 ਰੁਪਈਆ ਦੇ ਦੇਣਾ, 2 ਰੁਪਈਏ ਦੇ ਦੇਣਾ, ਯਾਰ ਤੂੰ ਬਹੁਤ ਵਧੀਆ ਗਾਉਣਾ। ਜਦੋਂ ਉਹਨਾਂ ਦਾ ਲੰਚ ਟਾਈਮ ਹੋਣਾ ਨਾ, ਉਹ ਮੈਡਮਾਂ ਔਰ ਟੀਚਰ ਸਾਡੇ, ਉਹਨਾਂ ਨੇ ਕਹਿਣਾ ਵੀ ਗਾਣਾ ਸੁਣਾਓ। ਮੈਂ ਤਾਂ ਗਾਣਾ ਸੁਣਾਇਆ, ਮੈਨੂੰ ਸਾਰਿਆਂ 2-2-3-3 ਰੁਪਈਏ ਦੇਣ, ਮੈਂ ਕਹਿਣਾ ਤਾਂ ਕੰਮ ਬੜਾ ਸੌਖਾ ਆ, ਵੀ ਇਹ ਤਾਂ ਪੈਸੇ ਮਿਲਦੇ ਮੈਨੂੰ। ਉਹ ਜੀ ਫਿਰ ਮੈਨੂੰ ਹੌਲੀ ਹੌਲੀ ਇੱਦਾਂ ਸ਼ੌਕ ਪੈ ਗਿਆ। ਫਿਰ ਕਿਸੇ ਨੇ ਮੈਨੂੰ ਆਪਣੇ ਅਖੰਡ ਪਾਠ ਸਾਹਿਬ 'ਤੇ ਲੈ ਜਾਣਾ, ਕਿਸੇ ਦੇ ਘਰ ਫੰਕਸ਼ਨ ਹੋਣਾ, ਕਹਿਣਾ 2 ਗਾਣੇ ਗਾ, ਆਪਦਾ ਮੈਨੂੰ ਪੈਸੇ ਦੇ ਦੇਣੇ, ਹੈ ਨਾ। ਅਤੇ ਇੱਦਾਂ ਹੌਲੀ ਹੌਲੀ ਜ਼ਿੰਦਗੀ ਦਾ ਜਿਹੜਾ ਉਹ ਸਫ਼ਰ ਸ਼ੁਰੂ ਹੋ ਗਿਆ। ਫਿਰ ਮੈਂ ਸ਼੍ਰੀ ਕੁਲਦੀਪ ਮਾਣਕ ਜੀ ਮੇਰੇ ਪਿੰਡ ਵਿੱਚ ਪ੍ਰੋਗਰਾਮ ਕਰਨ ਵਾਸਤੇ ਆਏ, ਮੇਰਾ ਪਿੰਡ ਸਰੀ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਹੈ ਜੀ। ਕੁਲਦੀਪ ਮਾਣਕ ਜੀ ਸਾਡੇ ਗੁਰੂ ਘਰ ਆ, ਬਾਬੇ ਸ਼ਹੀਦਾਂ ਦਾ ਗੁਰਦੁਆਰਾ, ਉੱਥੇ ਧਾਰਮਿਕ ਪ੍ਰੋਗਰਾਮ ਕਰਨ ਵਾਸਤੇ ਆਏ, ਅਤੇ ਉਹਨਾਂ ਨੇ 750 ਰੁਪਈਆ ਉਸ ਵੇਲੇ ਪੇਮੈਂਟ ਲਈ, 750, ਅੱਜ ਕੱਲ੍ਹ ਤਾਂ 4-5 ਹਜ਼ਾਰ ਮਜੀਸ਼ਨ ਲਿਆ ਲੈਂਦੇ ਆ, ਉਸ ਵੇਲੇ ਕਲਾਕਾਰਾਂ ਦੀ ਪੇਮੈਂਟ ਬੜੀ ਘੱਟ ਹੁੰਦੀ ਸੀ। ਕੁਲਦੀਪ ਮਾਣਕ ਜੀ ਜਦੋਂ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕਰਨਾ, ਉਸ ਤੋਂ ਪਹਿਲਾਂ ਮੇਰੇ ਪਿੰਡ ਵਾਲਾ ਮੇਰਾ ਇੱਕ ਗੀਤ ਗਵਾਇਆ, ਅਤੇ ਜਦੋਂ ਗੁਰੂ ਜੀ ਸਟੇਜ 'ਤੇ ਆਏ ਅਤੇ
ਉਹਨਾਂ ਨੇ 50 ਰੁਪਏ ਮੈਨੂੰ ਦਿੱਤੇ ਅਤੇ 50 ਰੁਪਏ ਗੁਰੂ ਘਰ ਦੇ ਉੱਤੇ, ਅਤੇ ਮੈਨੂੰ ਉਹਨਾਂ ਨੇ ਸ਼ਾਬਾਸ਼ ਦਿੱਤੀ ਅਤੇ ਕਹਿੰਦੇ ਤੂੰ ਬਹੁਤ ਵਧੀਆ ਗਾਉਣਾ, ਅਤੇ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ। ਉਹ ਕਹਿੰਦੇ ਚੱਲ ਸਾਡੇ ਨਾਲ ਆ ਜਾ। ਫਿਰ ਮੈਂ ਹੌਲੀ ਹੌਲੀ ਥੋੜ੍ਹੇ ਦਿਨਾਂ ਬਾਅਦ ਫਿਰ ਮੈਂ ਉਹਨਾਂ ਦੇ ਨਾਲ ਚੱਲ ਗਿਆ ਜੀ, ਅਤੇ ਫਿਰ ਮੈਂ ਲੁਧਿਆਣੇ ਜਾ ਕੇ ਉਹਨਾਂ ਦੇ ਨਾਲ 8-9 ਸਾਲ ਨਾਲ ਰਿਹਾ ਉਹਨਾਂ ਦੇ। ਬਹੁਤ ਸਾਰੇ ਗੀਤ ਅਸੀਂ ਇਕੱਠਿਆਂ ਰਿਕਾਰਡ ਕੀਤੇ, ਬਹੁਤ ਸਾਰੀਆਂ ਸਟੇਜਾਂ 'ਤੇ ਵੀ ਅਸੀਂ ਪਰਫੋਰਮ ਕੀਤਾ। ਅਤੇ ਕੁਲਦੀਪ ਮਾਣਕ ਜੀ ਮੇਰੇ ਗੁਰੂ ਜੀ ਆ, ਮੈਨੂੰ ਇਸ ਗੱਲ ਦਾ ਮਾਣ ਆ ਕਿ ਪੰਜਾਬੀਆਂ ਦਾ ਉਹ ਲੋਕ ਗਾਇਕ ਕਲੀਆਂ ਦਾ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਜੀ ਮੇਰੇ ਗੁਰੂ ਜੀ ਆ, ਅਤੇ ਮੈਂ ਪ੍ਰਾਊਡ, ਮੈਨੂੰ ਮਾਣ ਮੈਨੂੰ ਫੀਲ ਹੋ ਰਿਹਾ ਕਿ ਜ਼ਿੰਦਗੀ ਵਿੱਚ ਐਸੇ ਗੁਰੂ ਐਸੇ ਕਲਾਕਾਰ ਜ਼ਿੰਦਗੀ 'ਚ ਇੱਕ ਬਹੁਤ ਘੱਟ ਪੈਦਾ ਹੁੰਦਾ ਜਿਹਨਾਂ ਨੇ ਸਾਫ਼ ਸੁਥਰੇ ਗੀਤ ਗਾਏ ਜ਼ਿੰਦਗੀ 'ਚ, ਜਿਹਨਾਂ ਦੇ ਹਜ਼ਾਰਾਂ ਹਿਸਾਬ ਨਾਲ ਗੀਤ ਰਿਕਾਰਡ ਹੋਏ ਆ। ਇੱਦਾਂ ਫਿਰ ਮੇਰੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋ ਗਿਆ ਜੀ। ਸਰ ਮੈਂ ਕਹਿ ਸਕਦੀ ਹਾਂ ਆਪਕੀ ਸਟੋਰੀ ਵਾਕਈ ਕਾਫੀ ਜ਼ਿਆਦਾ ਇੰਸਪਾਇਰਿੰਗ ਵੀ ਹੈ ਲੋਕੋ ਕੇ ਲੀਏ, ਕਿ ਇੱਕ ਵੋ ਸ਼ਖਸ ਜਿਸੇ ਆਪ ਆਪਣਾ ਆਈਡਲ ਮਾਨਤੇ ਥੇ, ਏਕ ਸਮਾਂ ਐਸਾ ਆਇਆ ਜਬ ਉਨ੍ਹੋਂਨੇ ਆਪਕੋ ਉਨਕੀ ਤਰਫ ਸੇ ਏਕ ਜੈਸਚਰ ਕਹਿ ਸਕਤੀ ਹੂੰ, ਉਨ੍ਹੋਂਨੇ ਆਪਕੋ 50 ਰੁਪਏ ਦੀਏ। ਏਕ ਬਹੁਤ ਬੜੀ ਬਾਤ ਹੈ ਕਿਸੀ ਫੈਨ ਕੇ ਲੀਏ, ਕਿ ਅਗਰ ਉਨਕੇ ਗੁਰੂ ਹੀ ਉਨਕੋ ਆਕਰ ਵੋ ਚੀਜ਼ ਦੇ, ਆਸ਼ੀਰਵਾਦ ਦੇ, ਔਰ ਉਸਕੇ ਬਾਅਦ ਆਪਕੋ ਉਨਕੇ ਸਾਥ ਗਾਨੇ ਗਾਨੇ ਕਾ ਔਰ ਰਿਕਾਰਡ ਕਰਨੇ ਕਾ ਮੌਕਾ ਵੀ ਮਿਲਾ। ਜਿੱਦਾਂ ਕਿ ਤੁਸੀਂ ਇਹ ਬਚਪਨ ਦੀ ਸਟੋਰੀ ਦੱਸੀ, ਤੁਹਾਨੂੰ ਬਚਪਨ ਤੋਂ ਹੀ ਸ਼ੌਂਕ ਰਿਹਾ ਹੈ ਨਾ ਗਾਣੇ ਦਾ, ਅਤੇ ਤੁਸੀਂ ਪ੍ਰੋਫੈਸ਼ਨਲੀ ਕਿਹੜੇ ਸਾਲ ਦੇ ਵਿੱਚ ਤੁਸੀਂ ਇਹ ਗਾਣੇ ਦੇ ਲਾਈਨ ਦੇ ਵਿੱਚ ਆਏ, ਅਤੇ ਕਿਹਦੇ ਨਾਲ ਤੁਹਾਨੂੰ ਮੌਕਾ ਮਿਲਦਾ ਕੁਲਦੀਪ ਮਾਨਕ ਜੀ ਦੇ ਨਾਲ ਹੀ ਤੁਹਾਨੂੰ ਮਿਲਿਆ ਹੋਏਗਾ? ਸਭ ਤੋਂ ਪਹਿਲਾਂ ਜੀ ਮੈਂ ਮਾਨਕ ਸਾਹਿਬ ਦੇ ਜਦੋਂ ਨਾਲ ਹਟਿਆ, ਉਸ ਤੋਂ ਬਾਅਦ ਫਿਰ ਅਸੀਂ ਸਟਰਗਲ ਆਪਣੀ ਕੀਤੀ ਜ਼ਿੰਦਗੀ 'ਚ ਆਪਣਾ ਅਲੱਗ ਗਰੁੱਪ ਬਣਾਉਣ ਦੀ, ਅਤੇ ਸਭ ਤੋਂ ਪਹਿਲਾਂ ਪੰਜਾਬੀ ਦੇ ਬਹੁਤ ਨਾਮਵਾਰ ਸਿੰਗਰ ਮੇਰੇ ਭਰਾ ਮੇਰੇ ਦੋਸਤ ਮੇਰੇ ਮਿੱਤਰ ਸਰਦੂਲ ਸਿਕੰਦਰ ਜੀ, ਉਹਨਾਂ ਨੇ ਮੇਰੀ ਸਭ ਤੋਂ ਪਹਿਲਾਂ ਟੇਪ ਵਿੱਚ ਮਿਊਜ਼ਿਕ ਦਿੱਤਾ। ਛੱਲੇ ਮੁੰਦੀਆਂ ਤੋਂ ਪਹਿਲਾਂ ਮੇਰੀਆਂ ਇੱਕ ਦੋ ਟੇਪਾਂ ਆਈਆਂ, ਇੱਕ ਗੀਤ ਗੁਰਦੇਵ ਦਲਗੀਰ ਜੀ ਪੰਜਾਬੀ ਸਿੰਗਰ, ਫਿਰ ਉਸ ਤੋਂ ਬਾਅਦ ਸਰਦੂਲ ਸਿਕੰਦਰ ਜੀ ਮੇਰੇ ਵੱਡੇ ਭਾਈ ਸਾਹਿਬ, ਉਹਨਾਂ ਨੇ ਮੇਰੀ ਪੂਰੀ ਕੈਸਟ ਵਿੱਚ ਇੱਕ 'ਚ ਸੰਗੀਤ ਦਿੱਤਾ। ਉਸ ਤੋਂ ਬਾਅਦ ਫਿਰ ਇੱਕ ਕੈਸਟ ਹੋਰ ਕੀਤੀ ਅਸੀਂ ਢਾਡੀ ਅੰਮ੍ਰਿਤ ਸਿੰਘ ਸ਼ੌਂਕੀ ਦੀ ਯਾਦ ਵਿੱਚ, ਉਹਦੇ ਵਿੱਚ ਦੋ ਗੀਤ ਸਰਦੂਲ ਦੇ, ਦੋ ਹੰਸਰਾਜ ਦੇ, ਦੋ ਮੇਰੇ, ਦੋ ਗਮਦੂਰ ਅਮਨ ਜੀ ਦੇ, ਸਰਦੂਲ ਸਿਕੰਦਰ ਜੀ ਦੇ ਵੱਡੇ ਭਾਈ ਦੇ, ਉਹਦੇ ਵਿੱਚ ਵੀ ਜਿਹੜਾ ਸੰਗੀਤ ਸੀਗਾ ਉਹ ਸਰਦੂਲ ਭਾਅ ਜੀ ਦਾ ਸੀਗਾ। ਫਿਰ ਨਿਰਮਲ ਸਿੱਧੂ ਜੀ, ਇਹਨਾਂ ਨੇ ਵੀ ਮੇਰੇ ਨਾਲ ਮਿਊਜ਼ਿਕ ਦਿੱਤਾ। ਓਕੇ। ਫਿਰ ਮੇਰੀ ਧਾਰਮਿਕ ਕੈਸਟ ਪਹਿਲਾਂ ਆਈ ਸੀ ਸ਼ਾਨ ਖਾਲਸੇ ਦੀ, ਉਹਨੂੰ ਇੰਗਲੈਂਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬਹੁਤ ਮੌਕਾ ਮਿਲਿਆ। ਮੇਰੇ ਪਰਮ ਸਤਿਕਾਰਯੋਗ ਝਲਮਣ ਸਿੰਘ ਟੰਡਾ ਸਾਹਿਬ, ਉਹਨਾਂ ਦੀ ਕਲਮ ਤੋਂ ਲਿਖੇ ਸੀ ਗੀਤ, ਸ਼ਹੀਦ ਊਧਮ ਸਿੰਘ ਸ਼ਾਨ ਖਾਲਸੇ ਦੀ ਸੂਰਮੇ ਮਰਦੇ ਨਹੀਂ, ਇਹ ਦੋ ਤਿੰਨ ਕੈਸਟਾਂ ਮੈਂ ਝਲਮਣ ਸਿੰਘ ਟੰਡਾ ਜੀ ਦੀਆਂ ਕੀਤੀਆਂ। ਓਕੇ। ਅਤੇ ਫਿਰ ਹੌਲੀ ਹੌਲੀ ਇਹ ਜਿਹੜਾ ਸੰਗੀਤ ਮੈਂ ਛੱਲੇ ਮੁੰਦੀਆਂ 1990 'ਚ ਮੇਰਾ ਜਿਹੜਾ ਗਾਣਾ ਇਹ ਆਇਆ, ਇਹ ਪਹਿਲੀ ਟੇਪ ਮੇਰੀ ਇਹੀ ਚੱਲੀ ਜੀ, ਅਤੇ ਉਸ ਤੋਂ ਪਹਿਲਾਂ ਜਿਹੜੀਆਂ ਆਈਆਂ ਉਹ ਘੱਟ ਚੱਲੀਆਂ ਜੀ ਟੇਪਾਂ ਥੋੜ੍ਹੀਆਂ ਜਿਹੀਆਂ, ਕਿਉਂਕਿ ਉਦੋਂ ਸਾਨੂੰ ਬੜਾ ਪਤਾ ਨਹੀਂ ਸੀ ਕਿਸ ਤਰ੍ਹਾਂ ਦੇ ਗੀਤ ਗਾਉਣੇ ਜਾਂ ਕਿਸ ਤਰ੍ਹਾਂ ਦਾ। ਧਾਰਮਿਕ ਟੇਪਾਂ ਮੇਰੀਆਂ ਠੀਕ ਰਹੀਆਂ, ਅਤੇ ਪ੍ਰੋਫੈਸ਼ਨਲ ਤੌਰ 'ਤੇ ਇੱਕ ਦੋ ਟੇਪਾਂ ਮੈਂ ਕੱਢੀਆਂ, ਉਹ ਬਾਹਲੀਆਂ ਨਹੀਂ ਚੱਲੀਆਂ, ਅਤੇ ਬਾਹਲਾ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ, ਅਤੇ ਜਾਣੀ ਕਿ ਪ੍ਰੋਫੈਸ਼ਨਲ ਐਜ ਏ ਮੈਂ ਜਿਹੜਾ ਲੋਕਾਂ ਨੂੰ ਮੈਨੂੰ ਪਿਆਰ ਦਿੱਤਾ, ਬਹੁਤ ਰਜਮਾ ਪਿਆਰ ਦਿੱਤਾ, ਉਹ 90 ਦੇ ਵਿੱਚ ਮੇਰੀ ਟੇਪ ਰਿਲੀਜ਼ ਹੋਈ ਛੱਲੇ ਮੁੰਦੀਆਂ। ਉਸ ਤੋਂ ਬਾਅਦ ਕਈ ਟੇਪਾਂ ਮੇਰੀਆਂ ਆਈਆਂ, ਕਈ ਗਈਆਂ, ਬਹੁਤ ਸਾਰੀਆਂ ਪੰਜਾਬੀ ਫਿਲਮਾਂ 'ਚ ਵੀ ਗਾਇਆ ਮੈਂ, ਜਿਹਨਾਂ ਵਿੱਚ ਨੈਣ ਪ੍ਰੀਤੋ ਦੇ, ਜੱਟ ਪੰਜਾਬ ਦਾ, ਰੰਗਲਾ ਪੰਜਾਬ, ਕਬਜ਼ਾ, ਦਹਿਸ਼ਤ, ਵਾਰਸ, ਦੁੱਲਾ ਪੱਟੀ, ਹੋਰ ਬਹੁਤ ਸਾਰੀਆਂ ਫਿਲਮਾਂ, ਕਾਫੀ ਫਿਲਮਾਂ 'ਚ ਮੈਂ ਗਾਇਆ, ਅਤੇ ਇੱਦਾਂ ਹੀ ਹੌਲੀ ਹੌਲੀ ਮੌਕਾ ਮਿਲ ਗਿਆ। ਅਤੇ ਸਰ ਜੈਸੇ ਆਪਣੇ ਬਤਾਇਆ ਆਪਣੇ ਪੰਜਾਬੀ ਬਹੁਤ ਸੀ ਪੰਜਾਬੀ ਫਿਲਮੋਂ ਮੇ ਵੀ ਆਪਣੇ ਗਾਣੇ ਗਾਏ ਹੈ, ਤੋ ਉਸਮੇ ਸੇ ਕੋਈ ਏਕ ਜੋ ਆਪਕਾ ਪਰਸਨਲ ਫੇਵਰੇਟ ਹੋ? ਕਈ ਗਾਣੇ ਮੇਰੇ ਕੋਲ ਯਾਦ ਵੀ ਨਹੀਂ ਆਇਆ ਜੈਸੇ। ਇੱਕ ਧਾਰਮਿਕ ਗੀਤ ਮੈਂ ਜਿਹੜੀ ਜੱਟ ਪੰਜਾਬ ਦਾ ਫਿਲਮ, ਉਹਦੇ ਵਿੱਚ ਯੋਗਰਾਜ ਭਾਅ ਜੀ ਦੀ ਫਿਲਮ ਆ, ਉਹਦੇ ਵਿੱਚ ਮੈਂ ਇੱਕ ਧਾਰਮਿਕ ਗੀਤ ਸੁਣਾ ਰਹਾਂ ਜੋ ਕਿ ਦੂਰਦਰਸ਼ਨ ਨੇ ਮੇਰਾ ਖਿਆਲ 10 ਸਾਲ ਗੀਤ ਉਹ ਲਗਾਤਾਰ ਲਾਇਆ ਹੋਣਾ ਦੂਰਦਰਸ਼ਨ ਵਾਲਿਆਂ ਨੇ ਜਲੰਧਰ ਵਾਲਿਆਂ, ਮੈਨੂੰ ਮਾਣ ਇਸ ਗੱਲ ਦਾ। ਅਤੇ ਜਦੋਂ ਕੋਈ ਵੀ ਧਾਰਮਿਕ ਪੁਰਬ ਆਉਂਦਾ ਸੀ ਉਹ ਮੇਰਾ ਗੀਤ ਜ਼ਰੂਰ ਲਾਉਂਦੇ ਸੀਗੇ। ਗੀਤ ਹੈ ਜੀ,
ਉਹ ਬਾਜਾਂ ਵਾਲਿਆ ਕਚਹਿਰੀ ਤੇਰੀ ਆਏ, ਉਹ ਜੱਗ ਦੀ ਕਚਹਿਰੀ ਹਾਰ ਕੇ ਹੋਣੀ ਚੰਦਰੀ ਕੀ ਪਾਣੇ ਵਰਤਾਏ, ਉਹ ਜੱਗ ਦੀ ਕਚਹਿਰੀ ਹਾਰ ਕੇ ਬਾਜਾਂ ਵਾਲਿਆ ਕਚਹਿਰੀ ਤੇਰੀ ਆਏ, ਉਹ ਜੱਗ ਦੀ ਕਚਹਿਰੀ ਹਾਰ ਕੇ। तो सर आपने लाइव भी बहुत से शोज किए हैं, तो आपने जो टूर्स किए हैं इंडिया में अब्रॉड में उसके बारे में हमारे व्यूअर्स को बताइए। पहला तो जी मैं पंजाब में बहुत सारे जो पिंड आ हजारा प्रोग्राम जोड़े मैं उस्ताद जी श्री कुलदीप माणक जी नाल कीते, जोड़ा जिंदगी का सफर तय किया उन्होंने स्टेजा पर गाया, बहुत सारे प्रोग्राम अनगणित प्रोग्राम किए। फिर जो मैं अपना ग्रुप बना लिया फिर मैं अपने तौर के उत्ते मैं अपने प्रोग्राम किए, पूरा पंजाब ਪੂਰਾ ਹਿੰਦੁਸਤਾਨ ਬੰਬੇ ਕਲਕੱਤੇ ਦਿੱਲੀ ਮਦਰਾਸ ਸਾਰੀ ਜਗ੍ਹਾ ਸ਼ੋਅ ਕੀਤੇ। ਅਤੇ ਪੰਜਾਬ ਦੇ ਬਹੁਤ ਘੱਟ ਪਿੰਡ ਰਹਿ ਗਏ ਹੋਣਗੇ ਜਿੱਥੇ ਮੈਂ ਪ੍ਰੋਗਰਾਮ ਨਹੀਂ ਕੀਤਾ, ਅਤੇ ਮੈਨੂੰ ਬੜਾ ਮਾਣ ਮਹਿਸੂਸ ਆ। ਅਤੇ ਥਰੂ ਆਊਟ ਵਰਲਡ ਕਨੇਡਾ ਅਮਰੀਕਾ ਇੰਗਲੈਂਡ ਯੂਰਪ ਹਾਂਗਕਾਂਗ ਵਗੈਰਾ ਹੋਰ ਬਹੁਤ ਸਾਰੇ ਥਾਵਾਂ 'ਤੇ ਅਸੀਂ ਸ਼ੋਅ ਕੀਤੇ ਆ, ਅਤੇ ਪੰਜਾਬੀ ਸਰੋਤਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ। ਮੈਂ ਪੰਜਾਬੀ ਸਰੋਤਿਆਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜਿਹੜੇ ਮੈਨੂੰ ਮਾਣ ਦਿੰਦੇ ਆ ਜੀ। ਜੀ ਸਰ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਹੜੇ ਕਿਹੜੇ ਰਾਈਟਰਸ ਦੇ ਨਾਲ ਕੰਮ ਕੀਤਾ ਹੋਇਆ, ਕਿਹੜੀ ਕਿਹੜੀ ਮਤਲਬ ਉਹਨਾਂ ਦੇ ਜਿਹੜੇ ਗੀਤ ਲਿਖੇ ਆ ਗਾਏ ਹੋਏ ਆ, ਅਤੇ ਕਿਹੜੀ ਕਿਹੜੀ ਪੰਜਾਬੀ ਫਿਲਮਾਂ 'ਚ ਨਾਲ ਕੰਮ ਕੀਤਾ ਹੋਇਆ? ਠੀਕ ਹੈ ਜੀ, ਮੈਂ ਸਭ ਤੋਂ ਪਹਿਲਾਂ ਜੀ ਬਹੁਤ ਸਾਰੇ ਰਾਈਟਰਾਂ ਨਾਲ ਕੰਮ ਕੀਤਾ, ਮੇਰਾ 550 ਗੀਤ ਰਿਕਾਰਡ ਹੋਇਆ ਵੱਖਰੇ ਵੱਖਰੇ ਰਾਈਟਰਾਂ ਨੇ ਲਿਖਿਆ ਉਹਨਾਂ ਨੂੰ। ਸਭ ਤੋਂ ਪਹਿਲਾਂ ਜਨਾਬ ਦੇਵ ਤਰੀਕੇ ਵਾਲੇ, ਦੇਬੀ ਮਖਸੂਸਪੁਰੀ ਸਾਹਿਬ, ਜਸਵੀਰ ਗੁਣਾਚੋਰੀਆ, ਗੁਰਮਿੰਦਰ ਕੈਂਡੋਵਾਲ, ਹਰਮਿੰਦਰ ਰੋੜਪੁਰੀ ਸਾਹਿਬ, ਚਰਮਨ ਸਿੰਘ ਜੀ ਟੰਡਾ ਸਾਹਿਬ, ਮੱਖਣ ਲੋਹਰਾਲਾ, ਐਸ ਅਸ਼ੋਕ ਭੌਰਾ ਜੀ, ਔਰ ਡਾਕਟਰ ਗੁਰਦਿਆਲ ਸੰਧੂ ਸਾਹਿਬ USA ਤੋਂ, ਹਰਜੀਤ ਸਿੰਘ ਮਿੰਟੂ ਤੱਲੇਵਾਲਾ ਉਹ ਵੀ USA ਤੋਂ, ਮੇਰੇ ਰਣਜੀਤ ਸਿੰਘ ਰਾਣਾ ਢਿੱਲੋਂ ਸਾਹਿਬ, ਰਣਜੀਤ ਢਿੱਲੋਂ ਫਰੋਮ ਕੈਨੇਡਾ, ਹੋਰ ਬਹੁਤ ਸਾਰੇ ਜਿਹੜੇ ਮੇਰੇ ਗੀਤਕਾਰ ਭਰਾ ਮੇਰੇ, ਮੈਂ ਉਹਨਾਂ ਨਾਲ ਬਹੁਤ ਸਾਰਿਆਂ ਨਾਲ ਕੰਮ ਕੀਤਾ। ਕਈਆਂ ਦੇ ਨਾਂ ਲੈਣ ਲੱਗਿਆ ਤਾਂ ਫਿਰ ਥੋੜ੍ਹਾ ਜਿਹਾ ਹੈ ਇੱਦਾਂ ਥੋੜ੍ਹਾ ਜਿਹਾ ਲੰਮਾ ਸਮਾਂ ਲੱਗ ਜਾਣਾ, ਮੈਂ ਉਹਨਾਂ ਤੋਂ ਮਾਫ਼ੀ ਚਾਹੂੰਗਾ। ਸਾਰਿਆਂ ਨੂੰ ਪਤਾ ਮੈਂ ਤੁਹਾਡੇ ਗਾਣੇ ਗਾਏ ਆ, ਅਤੇ ਮੈਂ ਹਮੇਸ਼ਾ ਗਾਉਂਦਾ ਰਹੂੰ, ਮਾਫ਼ੀ ਚਾਹੂੰਗਾ। ਮੈਂ ਟੂਹਿਰਾਂ ਵਾਲਾ ਨਵਾਂ ਟਰੈਕ ਉਹਦੇ ਨਾਲ ਗਾਇਆ, ਹੋਰ ਬਹੁਤ ਸਾਰੇ ਰਾਈਟਰਾਂ ਨਾਲ ਮੈਂ ਕੰਮ ਕੀਤਾ। ਅਤੇ ਤੁਹਾਡੇ ਇੱਕ ਗਾਣੇ ਸੀ ਛੱਲੇ ਮੁੰਦੀਆਂ ਜੀ, ਇੱਕ ਸੀਗਾ ਸਾਡਾ ਦਿਲ ਮੋੜ ਦੇ, ਹਾਂ ਇਹ ਸਾਨੂੰ ਜੇ ਤੁਸੀਂ ਸੁਣਾ ਦਿਓ ਤੇ। ਜ਼ਰੂਰ ਜੀ, ਲਓ ਪਹਿਲਾਂ ਮੈਂ ਦਿਲਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ, ਮੇਰੀ ਜ਼ਿੰਦਗੀ ਦੀ ਪਹਿਲੀ ਮੁਹੱਬਤ, ਪਹਿਲਾ ਗੀਤ ਜਿਹੜਾ ਲੋਕਾਂ ਨੇ ਪਿਆਰ ਕੀਤਾ, ਜਿਸ ਗੀਤ ਦੀ ਬਦੌਲਤ ਮੈਂ ਤੁਹਾਡੇ ਵਿੱਚ ਇੰਟਰੋਡਿਊਸ ਹੋਇਆ, ਤੁਸੀਂ ਮੈਨੂੰ ਪਿਆਰ ਦਿੱਤਾ, ਹਿੱਕ ਨਾਲ ਆਇਆ। ਪੇਸ਼ ਕਰ ਰਹੇ ਧਿਆਨ ਦੇਣਾ ਜੀ। ਵੇਖੋ ਨੀ ਮੁੰਡਾ ਹੋ ਗਿਆ ਸ਼ਿਦਾਈ, ਕਹਿੰਦਾ ਮੈਂ ਕਹਿਰੂੰਗਾ ਨੀ ਹਿਸਾਬ ਪਾਈ ਪਾਈ, ਕਹਿੰਦਾ ਮੈਂ ਕਹਿਰੂੰਗਾ ਨੀ ਹਿਸਾਬ ਪਾਈ ਪਾਈ, ਦੱਸੂਗਾ ਮੁਹੱਬਤਾਂ ਮੈਂ ਕਿੰਜੇ ਹੁੰਦੀਆਂ, ਦਿਲਵੱਟੇ ਦੇਵੇ ਪੈੜਾ ਛੱਲੇ ਮੁੰਦੀਆਂ ਨੀ ਦੇਵੇ, ਛੱਲੇ ਮੁੰਦੀਆਂ ਨੀ ਦੇਵੇ, ਛੱਲੇ ਮੁੰਦੀਆਂ। ਸਰ ਤੁਹਾਨੂੰ ਇਹ ਲੱਗਦਾ ਅੱਜ ਜਿਹੜੇ ਪੰਜਾਬੀ ਸਿੰਗਰਸ ਹੈਗੇ ਆ ਉਹ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨ ਦੀ ਬਜਾਏ ਬਾਹਰ ਵੱਲ ਨੂੰ ਜ਼ਿਆਦਾ ਮੂਵ ਹੋ ਰਹੇ ਨੇ, ਠੀਕ ਹੈ, ਇਹਦੇ ਉੱਤੇ ਤੁਸੀਂ ਕੀ ਆਪਣੀ ਟਿੱਪਣੀ ਦੇਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗਾ ਤਰਨ ਜੀ, ਜਿਹੜੇ ਅੱਜ ਕੱਲ੍ਹ ਦੇ ਪੰਜਾਬੀ ਸਿੰਗਰ ਆ, ਪਹਿਲਾਂ ਤਾਂ ਉਹਨਾਂ ਦਾ ਨਾਂ ਹੀ ਨਹੀਂ ਪੰਜਾਬੀ ਵਰਗਾ, ਉਹ ਪਤਾ ਨਹੀਂ ਉਹ ਨਾਂ ਸ਼ੋਰਟਕੱਟ 'ਚ ਰੱਖ ਲੈਂਦੇ ਆ, ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਪੂਰਾ ਨਾਂ ਕੀ ਆ ਜੀ। ਇਹ ਗਾਉਣ ਵਾਲਿਆਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਣਾ, ਬਸ ਜਿਹੜਾ ਆਪਣਾ ਸ਼ੋਰਟ ਨੇਮ ਰੱਖਿਆ ਸੀ ਨਾ ਉਹ ਲੋਕਾਂ ਨੇ ਭੁੱਲ ਜਾਣਾ, ਅਸਲੀ ਨਾਂ ਜਿਹੜਾ ਉਹ ਇਹਨਾਂ ਦਾ, ਇਹਨਾਂ ਨੇ ਅਸਲੀ ਤੋਂ ਵੀ ਜਾਣਾ ਅਤੇ ਨਕਲੀ ਤੋਂ ਵੀ ਜਾਣਾ। ਪਹਿਲਾਂ ਜੀ ਜਦੋਂ ਪੁਰਾਣੇ ਸਿੰਗਰ ਸਾਡੇ ਸੀਨੀਅਰ ਜਿਹੜੇ ਸਤਿਕਾਰਯੋਗ ਮੇਰੇ ਰਿਸਪੈਕਟਡ ਮੇਰੇ ਵੱਡੇ ਸੀਨੀਅਰ ਮੇਰੇ ਸਿੰਗਰ ਹੈ, ਉਹ ਜਦੋਂ ਗਾਣੇ ਨੂੰ ਰਿਕਾਰਡ ਕਰਦੇ ਸੀ
ਉਹ ਪਹਿਲਾਂ ਗਾਣੇ ਦੀ ਪ੍ਰੈਕਟਿਸ ਕਰਦੇ ਸੀ। ਜਦੋਂ ਮੂੰਹ ਜ਼ਬਾਨੀ ਗਾਣਾ ਯਾਦ ਹੋ ਜਾਂਦਾ ਸੀ, ਕੰਪਨੀ ਵਾਲੇ ਉਦੋਂ ਹੀ ਗਾਣਾ ਰਿਕਾਰਡ ਕਰਦੇ ਸੀਗੇ, ਕਿਉਂਕਿ ਗਾਣਾ ਜਿਹੜਾ ਫੀਲ, ਗਾਣੇ ਦਾ ਜਿਹੜਾ ਮਾਹੌਲ ਆ, ਉਹ ਜਦੋਂ ਤੁਹਾਡੇ ਜ਼ਿਹਨ 'ਚ ਤੁਹਾਡੇ ਦਿਮਾਗ 'ਚ ਬਣਦਾ, ਉਦੋਂ ਗਾਣੇ ਨੂੰ ਗਾਉਣ ਦਾ ਇੱਕ ਹੋਰ ਵੱਖਰਾ ਆਨੰਦ ਹੁੰਦਾ। ਜਦੋਂ ਆਪਾਂ ਕਿਸੇ ਚੀਜ਼ ਨੂੰ ਦਿਲ ਤੋਂ ਕਰਦੇ ਨਾ, ਆਪਣੇ ਦਿਮਾਗ ਨਾਲ ਕਰਦੇ ਹਾਂ, ਬੜਾ ਸੋਚ ਸਮਝ ਕੇ ਕਰਦੇ ਹਾਂ, ਉਦੋਂ ਗਾਣੇ ਦੀ ਫੀਲ, ਗਾਣੇ ਦੀ ਆਊਟਪੁੱਟ ਬੜੀ ਵਧੀਆ ਨਿਕਲਦੀ। ਇਹ ਪਹਿਲਾਂ ਇਸ ਤਰ੍ਹਾਂ ਲੋਕ ਮਿਊਜ਼ਿਕ ਨੂੰ ਜਿਹੜਾ ਕਰਦੇ ਸੀ, ਅਤੇ ਫਿਰ ਹੌਲੀ ਹੌਲੀ ਮਾਹੌਲ ਬਦਲ ਗਿਆ। ਅੱਗੇ 2 ਟਰੈਕ 'ਤੇ ਰਿਕਾਰਡਿੰਗ ਹੁੰਦੀ ਸੀ, ਫਿਰ 4 ਟਰੈਕ ਆ ਗਿਆ, ਫਿਰ 8 ਟਰੈਕ ਆ ਗਿਆ, ਫਿਰ ਟਰੈਕ ਹੀ ਟਰੈਕ ਵਧੀ ਗਏ, ਟਰੈਕ ਘਟੇ ਨਹੀਂ, ਟਰੈਕ ਵੱਧਦੇ ਗਏ। ਜਿੱਦਾਂ ਜਿੱਦਾਂ ਟਰੈਕ ਵਧੀ ਗਏ, ਉਦੋਂ ਉਦੋਂ ਸਿੰਗਰ ਵਧੀ ਗਏ। ਹੁਣ ਜਿਹੜਾ ਸਿੰਗਰ ਆ, ਉਹ ਇੱਕ ਇੱਕ ਲਾਈਨ ਨੂੰ ਡਬਿੰਗ ਕਰਦਾ ਸਟੂਡੀਓ ਜਾ ਕੇ, ਭਾਵੇਂ ਘੰਟੇ ਬਾਅਦ ਉਹ ਡਬ ਕਰੇ ਇੱਕ ਲਾਈਨ, ਉਹ ਜਿੰਨੀ ਦੇਰ ਨਹੀਂ ਉਹਦੀ ਸੁਰ 'ਚ ਆਉਂਦੀ, ਵਿਚਾਰੇ ਦੀ ਮਿਊਜ਼ਿਕ ਡਾਇਰੈਕਟਰ ਵੀ ਕਈ ਵਾਰੀ ਪਰੇਸ਼ਾਨ ਹੋ ਜਾਂਦਾ ਉੱਤੋਂ, ਵੀ ਮੈਂ ਪੈਸੇ ਤਾਂ ਲੈ ਲਏ ਆ ਪਰ ਮੈਂ ਸਿਰਦਰਦੀ ਵੀ ਖਰੀਦ ਲਈ ਨਾਲ। ਉਹ ਫਿਰ ਹੌਲੀ ਹੌਲੀ ਉਹ ਗਾਣੇ ਨੂੰ ਕਈ ਵਾਰੀ 3-3, 4-4 ਮਹੀਨਿਆਂ 'ਚ ਇੱਕ ਗਾਣਾ ਡਬ ਕਰਦੇ ਜੀ। ਕਈ ਸਿੰਗਰ ਇੱਦਾਂ ਦੇ ਵੀ ਦੇਖੇ ਆ, ਉਹ 3-3, 4-4 ਮਹੀਨਿਆਂ ਜਿਹੜਾ ਗਾਣਾ ਡਬ ਕਰੂ, ਉਹਨੂੰ ਸਟੇਜ 'ਤੇ ਕੀ ਗਾਉਣਾ। ਅਤੇ ਇਹ ਕਲਾਕਾਰ ਜਿਹੜੇ ਆ, ਇਹਨਾਂ ਵਿੱਚ ਅੱਜ ਕੱਲ੍ਹ ਦੌੜ ਹੈਗੀ ਆ ਵਿਖਾਵੇ ਦੀ। ਇਹ ਚਾਹੁੰਦੇ ਵੀ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ, ਸਟਾਰ ਐਂ ਨਹੀਂ ਬਣਿਆ ਜਾਂਦਾ। ਤੁਸੀਂ ਮਿਹਨਤ ਕਰੋ, ਤੁਸੀਂ ਉਹਦੀ ਤਪੱਸਿਆ ਕਰੋ, ਭਗਤੀ ਕਰੋ। ਸੰਗੀਤ ਇੱਕ ਭਗਤੀ ਆ, ਜੇ ਅਸੀਂ ਕਿਸੇ ਚੀਜ਼ ਦੀ ਮਿਹਨਤ ਨਹੀਂ ਕਰਾਂਗੇ, ਉਹਦੀ ਸਟੱਡੀ ਨਹੀਂ ਕਰਾਂਗੇ, ਉਹ 'ਤੇ ਅਸੀਂ ਦਿਨ ਰਾਤ ਨਹੀਂ ਲਾਵਾਂਗੇ, ਮਿਹਨਤ ਨਹੀਂ ਕਰਾਂਗੇ, ਅਸੀਂ ਕਾਮਯਾਬ ਨਹੀਂ ਹੋਵਾਂਗੇ। ਅਸੀਂ ਸਟੂਡੀਓ ਜਾ ਕੇ ਗਾਣਾ ਰਿਕਾਰਡ ਕਰ ਲੈਂਦੇ ਹਾਂ, ਵੀਡੀਓ ਬਣ ਜਾਂਦੇ ਆ, ਐਡ ਵੀ ਆ ਜਾਂਦੀ ਚੈਨਲਾਂ 'ਤੇ। ਅੱਜ ਕੱਲ੍ਹ ਪੱਲਿਓਂ ਪੈਸੇ ਦੇ ਕੇ ਐਡ ਵੀ ਅਸੀਂ ਕਰਦੇ ਹਾਂ, ਆਡੀਓ ਵੀ ਅਸੀਂ ਬਣਾਉਂਦੇ ਹਾਂ, ਅਤੇ ਵੀਡੀਓ ਵੀ ਬਣਾਉਂਦੇ ਹਾਂ, ਅਸੀਂ ਪਤਾ ਨਹੀਂ ਕੀ ਕੀ ਬਣਾਉਂਦੇ ਪੈਸੇ ਦੇ ਕੇ। ਬਿਲਕੁਲ ਸਾਰਾ ਕੁਛ ਨਕਲੀ ਹੋ ਜਾਂਦਾ, ਗੱਡੀਆਂ ਵੀ ਵੀਡੀਓ ਲੈ ਲੈਂਦੇ ਵੀਡੀਓ ਦੇ ਵਿੱਚ, ਉਹ ਵੀ ਸਾਰੀਆਂ ਨਕਲੀ ਹੁੰਦੀਆਂ। ਗਾਉਣ ਵਾਲਿਆਂ ਵਿਚਾਰਿਆਂ ਮੇਰੇ ਵਰਗਾ ਸਾਈਕਲ 'ਤੇ ਹੁੰਦਾ ਹੈ, ਅਤੇ ਉਹ ਜਦੋਂ ਵੀਡੀਓ 'ਚ ਦੇਖਦੇ ਉਹ ਮੇਰੇ ਵਰਗੇ 4 ਹੋਰ ਗਾਉਣ ਵਾਲੇ ਪਿੱਛੇ ਲੱਗ ਜਾਂਦੇ, ਇੱਦਾਂ ਗਾਉਣ ਵਾਲੇ ਬਣ ਜਾਂਦੇ ਆ। ਅਤੇ ਨਹੀਂ, ਇਹ ਗਾਣੇ ਦਾ ਥੋੜ੍ਹਾ ਮਾਹੌਲ ਖਰਾਬ ਕਰ ਰਹੇ ਆ, ਟਕੂਏ, ਗੰਡਾਸੇ, ਬੰਦੂਕਾਂ, ਤਲਵਾਰਾਂ, ਨੰਗੇਜ, ਇਹ ਨਹੀਂ ਹੋਣਾ ਚਾਹੀਦਾ ਗਾਣਿਆਂ 'ਚ। ਪੰਜਾਬੀ ਗਾਣਾ ਜਿਹੜਾ ਸਾਡਾ, ਇਹ ਬਹੁਤ ਸਾਡੀ ਜਿਹੜੀ ਮਾਂ ਬੋਲੀ ਆ, ਪੰਜਾਬੀ ਵਿਰਸਾ ਜਿਹੜਾ ਹਿੰਦੁਸਤਾਨ ਦਾ ਜਿਹੜਾ ਸਾਡਾ ਵਿਰਸਾ ਆ, ਉਹ ਬਹੁਤ ਅਮੀਰ ਹੈ। ਸਾਡੇ ਕੋਲ ਬਹੁਤ ਸਾਰੇ ਵਿਸ਼ੇ ਆ ਜਿਹਨਾਂ 'ਤੇ ਅਸੀਂ ਕੰਮ ਕਰਨਾ ਹਜੇ ਬਾਕੀ ਗਾਉਣ ਵਾਲਿਆਂ ਨੇ। ਇਹ ਨਹੀਂ ਕਿ ਇੱਕ ਕੁੜੀ 'ਤੇ ਹੀ ਕੰਮ ਕਰੀ ਜਾਓ, ਉਹਦੇ ਲਿਖੀ ਜਾਓ ਜੀ ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਆ, ਤੁਹਾਡੇ ਜੀ ਵਾਲੀਆਂ ਬਹੁਤ ਸੋਹਣੀਆਂ ਆ, ਤੁਹਾਡੇ ਜੀ ਜੁੱਤੀ ਬਹੁਤ ਸੋਹਣੀ ਆ, ਅਤੇ ਉਹ ਇੱਦਾਂ ਦੀਆਂ ਗੱਲਾਂ, ਵੀ ਇੱਦਾਂ ਦੀਆਂ ਨਹੀਂ ਗੱਲਾਂ ਹੋਣੀਆਂ ਚਾਹੀਦੀਆਂ। ਕੁੜੀ ਦੀ ਸਿਫਤ ਕਰੋ ਕਿਸੇ ਵਧੀਆ ਤਰੀਕੇ ਨਾਲ, ਉਹ ਵੀ ਸਾਡੀਆਂ ਧੀਆਂ ਭੈਣਾਂ ਹੀ ਆ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਸਾਡੀਆਂ ਧੀਆਂ ਭੈਣਾਂ ਆ। ਉਹਨਾਂ ਨੂੰ ਬਦਨਾਮ ਨਾ ਕਰੋ, ਉਹਨਾਂ ਨੂੰ ਇੱਜ਼ਤ ਦਵਾਓ, ਮਾਣ ਦਵਾਓ, ਸਤਿਕਾਰ ਦਵਾਓ। ਹਾਂ, ਪਿਆਰ ਮੁਹੱਬਤ ਦੇ ਗੀਤ ਗਾਉਣੇ ਕੋਈ ਮਾੜੀ ਗੱਲ ਨਹੀਂ, ਕਿਉਂਕਿ ਜ਼ਿੰਦਗੀ ਪਿਆਰ ਤੋਂ ਬਿਨਾਂ ਅਧੂਰੀ ਆ। ਜੇ ਸਾਡੀ ਜ਼ਿੰਦਗੀ 'ਚ ਪਿਆਰ ਨਹੀਂ, ਸਾਡੀ ਜ਼ਿੰਦਗੀ ਵਿੱਚ ਕੁਛ ਵੀ ਨਹੀਂ, ਹਨੇਰਾ ਆ। ਅਤੇ ਇਸ ਕਰਕੇ ਪੰਜਾਬ ਦੇ ਜਿਹੜੇ ਗਾਉਣ ਵਾਲੇ, ਮੈਂ ਉਹਨਾਂ ਨੂੰ ਬੇਨਤੀ ਕਰੂੰ, ਭਰਾਵੋ ਚੰਗੇ ਗੀਤ ਗਾਓ, ਚੰਗੀਆਂ ਵੀਡੀਓ ਬਣਾਓ, ਤਾਂ ਕਿ ਲੋਕ ਤੁਹਾਨੂੰ ਬਹੁਤ ਸਤਿਕਾਰ ਦੇਣ। ਨਕਲੀ ਵਿਊ ਲੈ ਕੇ ਤੁਸੀਂ ਜੋ ਮਰਜ਼ੀ ਕਹਾਈ ਜਾਓ ਆਪਣੇ ਆਪ ਨੂੰ, ਆਪਣੇ ਦੋਸਤਾਂ ਕੋਲੋਂ, ਜਿੰਨੇ ਮਰਜ਼ੀ ਕਮੈਂਟ ਕਰਾਈ ਜਾਓ, ਉਹ ਨੋ ਪ੍ਰੋਬਲਮ, ਸਭ ਲੋਕਾਂ ਨੂੰ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਨਹੀਂ ਸਰ, ਆਪਣੇ ਬਹੁਤ ਅੱਛੀ ਬਾਤ ਕਹੀ, ਇੱਕ ਬਹੁਤ ਅੱਛਾ ਮੈਸੇਜ ਵੀ ਦਿਆ ਹੈ ਆਪਣੇ ਅੱਜ ਕੇ ਯੂਥ ਕੋ, ਅੱਜ ਕੇ ਸਿੰਗਰਸ ਕੋ। ਤਾਂ ਸਰ, ਇਹ ਥੈਂਕ ਯੂ ਸੋ ਮਚ, ਆਪਣੇ ਇਹ ਪੁਆਇੰਟ ਉਠਾਇਆ। ਇੱਕ ਚੀਜ਼ ਮੈਂ ਆਪਸੇ ਇਹ ਵੀ ਪੁੱਛਣਾ ਚਾਹੂੰਗੀ ਕਿ ਜੈਸੇ ਆਪਕੋ 32 ਸਾਲ ਹੋ ਚੁੱਕੇ ਹੈ ਇਸ ਇੰਡਸਟਰੀ ਮੇਂ, ਜਬ ਆਪਨੇ ਸ਼ੁਰੂਆਤ ਕੀ ਥੀ ਤਬ ਸੇ ਔਰ ਅਬ ਤੱਕ ਆਪਕੋ ਕਿਆ ਫਰਕ ਮਹਿਸੂਸ ਹੋ ਰਿਹਾ ਹੈ ਇੰਡਸਟਰੀ ਮੇਂ ਜੋ ਆਇਆ ਹੈ? ਇੱਕ ਦੂਸਰਾ ਪੁਆਇੰਟ ਜੋ ਆਪਨੇ ਉਠਾਇਆ ਵੋ ਇਹ ਵੀ ਹੈ, ਮੈਂ ਕਹਿ ਸਕਤੀ ਹੂੰ ਇੱਕ ਤਬ ਸੇ ਲੈ ਕੇ ਅਬ ਤੱਕ ਮੈਂ ਇਹ ਡਿਫਰੈਂਸ ਆਇਆ ਹੈ ਕਿ ਤਬ ਕਲਾ ਕੋ ਇੰਪੋਰਟੈਂਸ ਦੀ ਜਾਤੀ ਥੀ। ਇੱਕ ਸਿੰਗਰ ਕੋ ਯੇ ਪਤਾ ਹੋਤਾ ਥਾ ਕਿ ਮੇਰੀ ਆਵਾਜ਼ ਅੱਛੀ ਹੈ ਤੋ ਮੇਰੇ ਪਾਸ ਮਿਊਜ਼ਿਕ ਡਾਇਰੈਕਟਰ ਆਪਣੇ ਆਪ ਆਏਗਾ। ਅਬ ਉਸੇ ਖੁਦ ਜਾਣਾ ਪੜਤਾ ਹੈ, ਔਰ ਜਿਸਕੇ ਪਾਸ ਉਸ ਹਿਸਾਬ ਸੇ ਪੈਸਾ ਨਹੀਂ ਹੈ, ਫਾਈਨੈਂਸ਼ਲੀ ਇਤਨਾ ਸਟਰੋਂਗ ਨਹੀਂ ਹੈ, ਵੋ ਆਪਣੇ ਆਪ ਕੋ ਇਸਟੈਬਲਿਸ਼ ਨਹੀਂ ਕਰ ਪਾਤਾ, ਇੰਸਪਾਇਰ ਆਫ ਦ ਫੈਕਟ ਕਿ ਉਸਕੇ ਪਾਸ ਟੈਲੈਂਟ ਹੈ। ਦੇਖੋ, ਜਿਹੜੇ ਚੰਗੇ ਕਲਾਕਾਰ ਹੈ ਉਹ ਘਰ ਬੈਠੇ ਆ, ਜਿਹੜੇ ਜਿਹਨਾਂ ਨੂੰ ਨਹੀਂ, ਮਾਫੀ ਚਾਹੁੰਦਾ ਮੈਂ, ਜਿਹਨਾਂ ਨੂੰ ਨਹੀਂ ਗਾਉਣਾ ਆਉਂਦਾ
ਉਹ ਸਟੇਜਾਂ 'ਤੇ ਗਾ ਰਹੇ ਆ, ਉਹ ਵੀਡੀਓ 'ਚ ਆ ਰਹੇ ਆ, ਉਹਨਾਂ ਦੇ ਚੈਨਲਾਂ 'ਤੇ ਐਡ ਚੱਲ ਰਹੀ ਆ, ਨਵੇਂ ਸਿੰਗਰ ਕਿਉਂ ਕਰ ਬੈਠੇ ਆ? ਕਿਉਂਕਿ ਫਾਈਨੈਂਸ਼ਲੀ ਇੰਨੇ ਸਟਰੋਂਗ ਨਹੀਂ ਹੈਗੇ ਉਹ। ਬਹੁਤ ਸਾਰੇ ਸਿੰਗਰ ਐਸੇ ਆ ਪੰਜਾਬ ਦੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਜ਼ਿੰਦਗੀ 'ਚ ਕੰਮ ਕੀਤਾ, ਵਧੀਆ ਗੀਤ ਗਾਏ ਆ, ਜਿਨ੍ਹਾਂ ਦੇ ਲੋਕ ਗੀਤ ਵੀ ਗਾਉਂਦੇ ਆ, ਗੀਤ ਵੀ ਗਾਉਂਦੇ ਆ, ਪਰ ਉਹਨਾਂ ਨੂੰ ਲੋਕ ਪ੍ਰਮੋਟ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਦੁੱਖ ਇਸ ਗੱਲ ਦਾ ਹੈ। ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਦਾ, ਤੁਸੀਂ ਪਲੀਜ਼ ਸਪੋਰਟ ਕਰੋ ਚੰਗੇ ਸਿੰਗਰਾਂ ਨੂੰ, ਚੰਗੇ ਟੈਲੈਂਟ ਨੂੰ ਸਪੋਰਟ ਕਰੋ, ਚਾਹੇ ਉਹ ਮਿਊਜ਼ਿਕ ਡਾਇਰੈਕਟਰ ਚੰਗਾ ਆ, ਚਾਹੇ ਉਹ ਗੀਤਕਾਰ ਚੰਗਾ ਆ, ਚਾਹੇ ਉਹ ਵੀਡੀਓ ਡਾਇਰੈਕਟਰ ਚੰਗਾ ਆ, ਚਾਹੇ ਉਹ ਸਿੰਗਰ ਚੰਗਾ ਆ, ਪਲੀਜ਼ ਤੁਸੀਂ ਉਹਨੂੰ ਵੀ ਜ਼ਰੂਰ ਸਪੋਰਟ ਕਰੋ। ਨਵਿਆਂ ਨੂੰ ਵੀ ਸਪੋਰਟ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ, ਬਹੁਤ ਚੰਗੀ ਗੱਲ ਆ, ਨਵਿਆਂ ਨੂੰ ਵੀ ਸਪੋਰਟ ਕਰਨਾ ਚਾਹੀਦਾ। ਜਿੰਨਾ ਕੋਈ ਬੰਦਾ ਡਿਜ਼ਰਵ ਕਰਦਾ ਉਹਨੂੰ ਉਹਦਾ ਬਣਦਾ ਹੱਕ ਜ਼ਰੂਰ ਦਿਵਾਉਣਾ ਚਾਹੀਦਾ, ਮੇਰੀ ਤਾਂ ਇਹ ਬੇਨਤੀ ਆ। ਅਤੇ ਬਾਕੀ ਤੁਹਾਡੀ ਮਰਜ਼ੀ ਆ, ਤੁਸੀਂ ਮੌਕੇ ਦੇ ਮਾਲਕ ਹੋ, ਤੁਸੀਂ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰਦੇ ਹੋ, ਅਤੇ ਮੈਨੂੰ ਤਾਂ ਇਹੀ ਆ ਵੀ ਸਪੋਰਟ ਕਰੋ ਪਲੀਜ਼ ਸਾਰਿਆਂ ਨੂੰ। ਜਿੱਦਾਂ ਕਿ ਸਰ ਤੁਸੀਂ 550 ਗਾਣਾ ਗਾ ਚੁੱਕੇ ਹੋ, ਹੈ ਨਾ, ਅਤੇ ਉਹਨਾਂ ਵਿੱਚੋਂ ਤੁਹਾਡਾ ਸਭ ਤੋਂ ਬੈਸਟ ਮੂਮੈਂਟ ਕਿਹੜਾ ਰਿਹਾ ਗਾਣਿਆਂ ਦੇ ਵਿੱਚ, ਸ਼ੂਟਿੰਗ ਦੌਰਾਨ ਜਾਂ ਕੁਛ ਵੀ? ਇੱਦਾਂ ਹੀ ਕਈ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਘਟਨਾਵਾਂ, ਕਈ ਗੱਲਾਂ ਆ ਬੜੀਆਂ ਲੰਮੀਆਂ ਚੌੜੀਆਂ, ਉਹ ਆਪਾਂ ਫੇਰ ਕਰਾਂਗੇ। ਆਪਣੇ ਕੋਲ ਸਮੇਂ ਦੀ ਘਾਟ ਕਰਕੇ ਆਪਾਂ ਗਾਣਾ ਕਿਉਂ ਨਾ ਗਾ ਦਈਏ ਕੋਈ ਨਾ ਕੋਈ। ਅਤੇ ਕਿਹੜਾ ਗਾਣਾ ਗਾਈਏ ਆਪਾਂ ਹੁਣ? ਜਿਹੜਾ ਸਰ ਤੁਹਾਨੂੰ ਸਭ ਤੋਂ ਵਧੀਆ ਲੱਗਦਾ, ਜਿਹੜਾ ਤੁਹਾਨੂੰ ਲੱਗੇ ਕਿ ਹਾਂ ਮੇਰਾ ਬੈਸਟ ਮੂਮੈਂਟ ਵਿੱਚ ਆਹ ਵਾਲਾ ਗਾਣਾ ਸਭ ਤੋਂ ਨਾਲ ਸੀ ਮੇਰੇ। ਠੀਕ ਹੈ ਜੀ, ਮੈਨੂੰ ਵੀ ਚੰਗਾ ਲੱਗੂਗਾ, ਤੁਹਾਨੂੰ ਵੀ ਚੰਗਾ ਲੱਗੂਗਾ, ਸਾਰਿਆਂ ਨੂੰ ਚੰਗਾ ਲੱਗੂਗਾ। ਮੇਰਾ ਗੀਤ ਹੈ ਜੀ, ਨੀ ਮਿੱਠੇ ਲਾਰੇ ਲਾ ਕੇ ਮੁਕਰ ਗਈ ਤੂੰ ਛੱਲੇ ਮੁੰਦੀਆਂ ਪੰਛੀ ਦੀਆਂ ਪਾ ਕੇ ਮੁਕਰ ਗਈ, ਝੂਠੀਏ ਕਸਮਾਂ ਖਾ ਕੇ ਮੁਕਰ ਗਈ, ਸੌ ਸੌ ਕਸਮਾਂ ਖਾ ਕੇ ਮੁਕਰ ਗਈ, ਸਭ ਕੁਝ ਲੁੱਟ ਲਿਆ ਤੈਂ, ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ ਮੈਂ, ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ। ਬਹੁਤ ਮਜ਼ਾ ਆਇਆ ਸੀ ਇਹ ਮੇਰਾ ਗੀਤ ਅਲਮਸ ਦੇਸਰਪੁਰੀ ਸਾਹਿਬ ਉਹਨਾਂ ਦੀ ਕਲਮ ਤੋਂ ਲਿਖਿਆ, ਮੈਂ ਗਾਇਆ ਅਤੇ ਬੜਾ ਲੋਕਾਂ ਨੇ ਮਾਣ ਦਿੱਤਾ ਅਤੇ ਦੇ ਰਿਹਾ, ਮਿਹਰਬਾਨੀ ਸਰੋਤਿਆਂ ਦੀ। ਬਹੁਤ ਹੀ ਥੈਂਕ ਯੂ ਜੀ, ਮਿਹਰਬਾਨੀ। ਸਰ ਇੱਕ ਚੀਜ਼ ਮੈਂ ਆਪਸੇ ਪੁੱਛਣਾ ਚਾਹੂੰਗੀ, ਜੈਸੇ ਕੋਈ ਵੀ ਇਨਸਾਨ, ਕੋਈ ਵੀ ਆਰਟਿਸਟ ਜਾਂ ਕੋਈ ਵੀ ਸਕਸੈਸਫੁਲ ਇਨਸਾਨ ਜਬ ਬਣਤਾ ਹੈ, ਉਸਕੇ ਪੀਛੇ ਜੁੜਾ ਹੋਤਾ ਹੈ ਉਸਕਾ ਸਟਰਗਲ, ਲੇਕਿਨ ਅੱਜ ਕੱਲ੍ਹ ਕਾ ਜੋ ਹਮਾਰਾ ਯੂਥ ਹੈ ਵੋ ਮੁਸ਼ਕਿਲੋਂ ਸੇ ਬਹੁਤ ਜਲਦੀ ਹਾਰ ਮਾਨ ਕੇ ਬੈਠ ਜਾਤਾ ਹੈ, ਤੋ ਆਪ ਮੁਝੇ ਆਪਣੀ ਲਾਈਫ ਕਾ ਇੱਕ ਐਸਾ ਕਿੱਸਾ ਬਤਾਈਏ ਜਬ ਆਪਕੋ ਲਗਾ, ਉਸ ਵਕਤ ਤੋ ਆਪਕੋ ਲਗਾ ਕਿ ਮੇਰੇ ਸਾਥ ਯੇ ਬਹੁਤ ਹੀ ਮੁਸ਼ਕਿਲ ਵਕਤ ਚੱਲ ਰਿਹਾ ਹੈ, ਇੱਕ ਸਟਰਗਲ ਕਾ ਦੌਰ ਚੱਲ ਰਿਹਾ ਹੈ, ਲੇਕਿਨ ਅੱਜ ਜਬ ਆਪ ਪੀਛੇ ਮੁੜ ਕੇ ਦੇਖਤੇ ਹੈ ਤੋ ਆਪਕੋ ਲਗਤਾ ਹੈ ਕਿ ਅੱਜ ਯੇ ਚੀਜ਼ ਨਾ ਹੋਈ ਹੋਤੀ ਤੋ ਅੱਜ ਜਹਾਂ ਮੈਂ ਹੂੰ ਵੋ ਸ਼ਾਇਦ ਮੁਕਾਮ ਮੁਝੇ ਨਹੀਂ ਮਿਲ ਪਾਤਾ। ਨਵਿਆ ਜੀ, ਜਦੋਂ ਅਸੀਂ ਲੁਧਿਆਣੇ ਗਏ ਨਾ ਸਿੰਗਰਾਂ ਦੇ ਨਾਲ, ਪਹਿਲਾਂ ਮਾਨਕ ਸਾਹਿਬ ਨਾਲ ਗਿਆ ਮੈਂ, ਕਈ ਵਾਰੀ ਵਿਹਲਾ ਟਾਈਮ ਹੋਣਾ ਹੋਰ ਸਿੰਗਰਾਂ ਦੇ ਨਾਲ ਜਾਣਾ, ਅੱਗੇ ਇੱਕ ਰਿਵਾਜ਼ ਹੁੰਦਾ ਸੀਗਾ, ਤੁਹਾਨੂੰ ਕਿਸੇ ਕਲਾਕਾਰ ਨੇ ਇੰਟਰਵਿਊ 'ਚ ਨਹੀਂ ਗੱਲ ਕਹੀ ਹੋਊਗੀ, ਅੱਗੇ ਰਿਵਾਜ਼ ਇਹ ਹੁੰਦਾ ਸੀਗਾ ਵੀ ਜਿਹੜੇ ਦੋ ਗਾਣੇ ਗਾਉਣ ਵਾਲਾ ਅੱਗੇ ਯੁੱਗ ਹੁੰਦਾ ਸੀ, ਦੋ ਗਾਣੇ ਗਾਉਂਦੇ ਸੀ, ਉਹ ਇੱਕ ਛੋਟੇ ਸਿੰਗਰ ਨੂੰ ਜੂਨੀਅਰ ਸਿੰਗਰ ਨੂੰ ਨਾਲ ਲੈ ਕੇ ਜਾਂਦੇ ਸੀ ਵੀ ਸਾਹ ਲੈਣਾ ਜਦੋਂ ਤਾਂ ਉਹਨੂੰ ਗਵਾਉਣਾ, ਅਤੇ ਸਾਨੂੰ 40 ਰੁਪਏ ਪੇਮੈਂਟ, 30 ਰੁਪਏ ਮਿਲਦੀ ਹੁੰਦੀ ਸੀ ਇੱਕ ਪ੍ਰੋਗਰਾਮ ਦੀ। ਅਤੇ ਮੈਂ ਬਹੁਤ ਸਾਰੇ ਸਿੰਗਰਾਂ ਨਾਲ ਜੀ ਕੰਮ ਕੀਤਾ, ਬਹੁਤ ਸਾਰੇ ਸਿੰਗਰਾਂ ਨਾਲ ਮੈਂ ਗਿਆ, ਅਤੇ ਮੈਨੂੰ 40 ਰੁਪਏ ਮਿਲਦੇ ਹੁੰਦੇ ਸੀਗੇ। ਇੱਕ ਵਾਰੀ ਇਹ ਹੋਇਆ ਵਾਕਿਆ ਜੀ, ਮੈਂ ਕਿਸੇ ਸਿੰਗਰ ਦੇ ਨਾਲ ਚੱਲ ਗਿਆ ਰਾਜਸਥਾਨ ਪ੍ਰੋਗਰਾਮ ਕਰਨ ਵਾਸਤੇ, ਉਹ ਮੈਨੂੰ ਕਹਿੰਦਾ ਵੀ ਤੈਨੂੰ 40 ਰੁਪਏ ਦੇਣੇ, ਸਾਡੇ ਦੋ ਪ੍ਰੋਗਰਾਮ ਹੈ, 40-40 ਰੁਪਏ ਦਊਂਗਾ। ਮੈਂ ਕਿਹਾ ਠੀਕ ਹੈ ਜੀ, ਮੈਂ ਜੀ ਉਹਨਾਂ ਸਿੰਗਰਾਂ ਦੇ ਨਾਲ ਚੱਲ ਗਿਆ, ਅਤੇ ਮੈਨੂੰ ਜੀ 2000 ਰੁਪਇਆ ਬਣ ਗਿਆ ਸਟੇਜ ਦੇ ਉੱਤੇ। ਜਿਹੜੇ ਇਨਾਮ ਹੁੰਦੇ ਸੀ ਉਹ ਸਾਡੇ ਹੁੰਦੇ ਸੀ, ਅਤੇ 40 ਰੁਪਏ ਉਹਨਾਂ ਨੂੰ ਦੇਣੇ ਹੁੰਦੇ ਸਾਨੂੰ, ਉਹਨਾਂ ਟੋਟਲ 2000 ਰੁਪਇਆ ਪੇਮੈਂਟ ਲਈ, ਅਤੇ ਮੈਨੂੰ 2000 ਰੁਪਇਆ ਬਣ ਗਿਆ ਸਟੇਜ 'ਤੇ। ਜਦੋਂ ਮੈਂ ਗਾਇਆ, ਮੈਂ 2-3 ਗੀਤ ਗਾਏ ਸਟੇਜ 'ਤੇ, ਮੈਨੂੰ 2000 ਰੁਪਇਆ ਬਣ ਗਿਆ। ਉਹ ਗਾਉਣ ਵਾਲਾ ਇੰਨੇ ਗੁੱਸੇ 'ਚ ਆਇਆ, ਜਦੋਂ ਪ੍ਰੋਗਰਾਮ ਖਤਮ ਹੋਇਆ ਨਾ ਦੂਸਰੇ ਦਿਨ, ਇੱਕ ਪਹਿਲੇ ਦਿਨ ਪ੍ਰੋਗਰਾਮ ਸੀ, ਇੱਕ ਦੂਸਰੇ ਦਿਨ ਸੀ, ਉਹ ਰਾਜਸਥਾਨ ਨੂੰ ਟਿੱਬਿਆਂ ਦੇ ਵਿੱਚ ਹੀ ਲਾ ਦਿੱਤਾ ਜੀ, ਟਿੱਬਿਆਂ ਦੇ ਵਿੱਚ ਲਾ ਦਿੱਤਾ। ਸ਼ਾਮ ਦਾ ਟਾਈਮ ਸੀ, ਮੈਨੂੰ ਪਤਾ ਨਹੀਂ ਕਿੱਧਰ ਨੂੰ ਜਾਣਾ, ਅਤੇ ਮੇਰੇ ਕੋਲ 2000 ਰੁਪਇਆ ਨਹੀਂ ਮੰਗਿਆ,
ਮੈਨੂੰ ਕਹਿੰਦਾ ਵੀ ਗੱਡੀ 'ਚੋਂ ਉਤਰ ਜਾ ਤੂੰ। ਮੈਂ ਕਿਹਾ ਜੀ ਕਸੂਰ ਕੀ ਆ? ਕਹਿੰਦਾ ਕੋਈ ਕਸੂਰ ਨਹੀਂ, ਤੂੰ ਬਸ ਉਤਰ ਜਾ। ਉਹ ਦਿਲ 'ਚ ਗੁੱਸਾ ਇੰਨਾ ਸੀ ਵੀ ਤੂੰ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਕਹਿਣ ਦਾ ਪਾ ਉਹਦੇ ਦਿਲ 'ਚ ਜੈਲ ਸੀ। ਚਲੋ ਜੀ ਮੈਂ ਉੱਥੇ ਉਤਰ ਗਿਆ, ਮੈਂ ਉੱਥੇ ਉਤਰ ਗਿਆ ਜੀ। ਅਤੇ ਮੈਂ ਫਿਰ ਤੁਰਿਆ ਜਾਂਦਾ, ਰਾਤ ਦਾ ਟਾਈਮ, ਮੈਨੂੰ ਪਤਾ ਨਹੀਂ, ਮੈਂ ਛੋਟਾ ਸੀ 15-16 ਸਾਲ ਦਾ। ਇੱਕ ਜ਼ਿਮੀਂਦਾਰ ਕਿਸਾਨ ਆ ਰਿਹਾ ਸੀ ਆਪਣੇ ਬਲਦ ਲੈ ਕੇ, ਮੈਨੂੰ ਕਹਿੰਦਾ ਯਾਰ ਤੂੰ ਤਾਂ ਸਟੇਜ 'ਤੇ ਗਾਉਂਦਾ ਸੀਗਾ ਬੇਟੇ। ਮੈਂ ਕਿਹਾ ਜੀ ਹਾਂਜੀ। ਕਹਿੰਦਾ ਵੀ ਤੂੰ ਉੱਥੇ ਕਿੱਥੇ ਤੁਰਿਆ ਫਿਰਦਾ ਜੰਗਲ ਦੇ ਵਿੱਚ? ਕਿੱਥੇ? ਰਾਜਸਥਾਨ ਟਿੱਬਿਆਂ ਦੇ ਰੇਤਾਂ 'ਤੇ ਤੁਰਿਆ ਫਿਰਦਾ? ਮੈਂ ਕਿਹਾ ਜੀ ਮੈਨੂੰ ਗਾਉਣ ਵਾਲੇ ਲਾ ਗਿਆ। ਕਹਿੰਦਾ ਕਾਹਦੇ? ਮੈਂ ਕਿਹਾ ਜੀ ਪਤਾ ਨਹੀਂ। ਅਤੇ ਮੈਂ ਕਿਹਾ ਜੀ ਮੈਂ ਲੁਧਿਆਣੇ ਪਹੁੰਚਣਾ। ਉਹ ਕਹਿੰਦਾ ਬੇਟੇ ਵੀ ਲੁਧਿਆਣਾ ਤਾਂ ਬਹੁਤ ਦੂਰ ਆ, ਵੀ ਤੂੰ ਹਜੇ ਰਹਿ ਸਾਡੇ ਕੋਲ, ਅੱਜ ਰਾਤ ਰਹਿ। ਫਿਰ ਮੈਂ 2-3 ਦਿਨ ਉਹਨਾਂ ਕੋਲ ਰਿਹਾ, ਉਹਨਾਂ ਨੂੰ ਰੱਖਿਆ। ਅਤੇ ਫਿਰ ਮੈਂ ਬੱਸੇ ਚੜ੍ਹ ਕੇ ਲੁਧਿਆਣੇ ਪਹੁੰਚਿਆ। ਫਿਰ ਜਦੋਂ ਮਾਣਕ ਸਾਹਿਬ ਨਾਲ ਸਟੇਜਾਂ 'ਤੇ ਜਾਣਾ, ਕਈ ਵਾਰੀ ਥੱਪੜ ਪੈਣੇ ਸਟੇਜ ਦੇ ਉੱਤੇ, ਪਬਲਿਕ ਦੇ ਵਿੱਚ ਜ਼ੋਰ ਨਾਲ ਥੱਪੜ ਮਾਰਨਾ ਉਸਤਾਦ ਜੀ ਨੇ। ਫਿਰ ਪ੍ਰੋਗਰਾਮ ਤੋਂ ਬਾਅਦ ਗੱਡੀ 'ਚ ਲਾਹ ਦੇਣਾ ਸਾਨੂੰ, ਅਤੇ ਮਾਣਕ ਸਾਹਿਬ ਨੇ ਦਫ਼ਤਰ ਪਹੁੰਚਣਾ ਸੀ ਸਵੇਰ ਨੂੰ, ਫਿਰ ਦਫ਼ਤਰ ਦੇ ਮੂਹਰੇ ਖੜ੍ਹੇ ਹੋਣਾ। ਮਾਣਕ ਸਾਹਿਬ ਨੇ ਕਹਿਣਾ ਆ ਗਿਆ? ਮੈਂ ਕਹਿਣਾ ਹਾਂਜੀ, ਚੱਲ ਬਹਿ ਜਾ ਗੱਡੀ 'ਚ। ਉਹਨਾਂ ਨੇ ਮੇਰਾ ਇਮਤਿਹਾਨ ਲਿਆ ਜ਼ਿੰਦਗੀ ਦੇ ਵਿੱਚ, ਬਹੁਤ ਸਾਰਾ ਇਮਤਿਹਾਨ ਲਿਆ ਮੇਰਾ ਜ਼ਿੰਦਗੀ ਵਿੱਚ ਵੀ ਇਹ ਬੰਦਾ ਨਹੀਂ ਹਟਦਾ, ਇਹ ਗਾਊਗਾ। ਫਿਰ ਉਹ ਮੈਨੂੰ ਕਹਿੰਦੇ ਵੀ ਤੂੰ ਬਈ ਪੱਕਾ ਸਿੰਗਰ ਬਣ ਸਕਦਾ। ਮੈਂ ਕਿਹਾ ਕਿੱਦਾਂ? ਕਹਿੰਦੇ ਜਿਹੜਾ ਤੇਰੇ ਦਿਮਾਗ 'ਚ ਕੀੜਾ ਆ ਨਾ, ਇਹ ਬਹੁਤ ਵੱਡਾ ਕੀੜਾ ਆ, ਇਹ ਹਾਰ ਨਹੀਂ ਮੰਨਣ ਵਾਲਾ। ਅਤੇ ਮੈਂ ਕਿਹਾ ਫਿਰ ਉਸਤਾਦ ਜੀ? ਕਹਿੰਦਾ ਚੱਲ ਹੁਣ ਮੇਰੇ ਨਾਲ ਚੱਲਿਆ ਕਰ। ਇੱਕ ਵਾਰੀ ਜੀ ਮੇਰਾ ਗਾਣਾ ਜਦੋਂ ਛੱਲੇ ਮੁੰਦੀਆਂ ਹਿੱਟ ਹੋਇਆ, ਅਤੇ ਮੇਰੀ ਨਾਈਟ ਰੱਖੀ ਮਲੋਟ ਦੇ ਵਿੱਚ, ਮੈਂ ਨਾਈਟ ਆਪਣੀ ਕਰਕੇ ਵਾਪਸ ਆ ਰਿਹਾ ਸੀਗਾ, ਅਤੇ ਮੈਨੂੰ ਰਾਹ 'ਚ ਕੁਦਰਤੀ ਕੁਲਦੀਪ ਮਾਣਕ ਜੀ ਮਿਲ ਗਏ। ਉਹਨਾਂ ਦੇ ਨਾਲ 2-3 ਲੇਡੀ ਸਿੰਗਰ ਸੀਗੇ, ਅਤੇ ਬਾਕੀ ਉਹਨਾਂ ਦਾ ਮਿਊਜ਼ੀਸ਼ੀਅਨ ਵੱਡੀ ਗੱਡੀ ਸੀ ਉਹਨਾਂ ਕੋਲ, ਤਾਂ ਅਸੀਂ ਵੀ ਆ ਰਹੇ ਜਾਂ ਦੇਖਿਆ ਰਸਤੇ ਵਿੱਚ, ਸਾਡਾ ਮੇਲ ਮਿਲਾਪ ਹੋਇਆ। ਅਤੇ ਉਸਤਾਦ ਜੀ ਮੈਨੂੰ ਕਹਿੰਦੇ ਓਏ ਮੇਰੀ ਗੱਡੀ 'ਚ ਬੈਠ। ਮੈਂ ਕਿਹਾ ਲਓ ਉਸਤਾਦ ਜੀ। ਮੈਂ ਉਹਨਾਂ ਦੀ ਗੱਡੀ 'ਚ ਬਹਿ ਗਿਆ। ਉਹ ਜਿਹੜੀਆਂ ਲੇਡੀ 'ਚ ਕੁੜੀਆਂ ਸੀ ਉਹ ਬੜੀਆਂ ਹੈਰਾਨ ਹੋਣ ਵੀ ਇਸ ਬੰਦੇ ਦਾ ਇੰਨਾ ਗਾਣਾ ਹਿੱਟ ਹੋਇਆ, ਉਸਤਾਦ ਜੀ ਇਹਨੂੰ ਕੀ ਕਹੀ ਜਾਂਦੇ ਆ। ਓਏ ਮੈਂ ਕਿਹਾ ਹਾਂਜੀ ਉਸਤਾਦ ਜੀ, ਬੈਠ ਇੱਥੇ। ਮੈਂ ਕਿਹਾ ਬਹਿ ਗਿਆ ਜੀ। ਮੈਨੂੰ ਸੋਟੀਆਂ ਨੇ ਕੁੱਟਿਆ ਜੀ। ਫਿਰ ਜੀ ਜਦੋਂ ਅਸੀਂ ਮੋਗੇ ਪਹੁੰਚ ਗਏ, ਅਤੇ ਉਸਤਾਦ ਜੀ ਉਹਨਾਂ ਨੂੰ ਉੱਧਰ ਜਾਣਾ ਸੀਗਾ, ਅਸੀਂ ਇੱਧਰ ਜਾਣਾ ਸੀ, ਅਤੇ ਫਿਰ ਮੈਨੂੰ ਕਹਿੰਦੇ ਯਾਰ ਤੇਰਾ ਇੰਨਾ ਸਿਦਕ ਪੱਕਾ। ਮੈਂ ਕਿਹਾ ਉਸਤਾਦ ਜੀ ਤੁਹਾਡਾ ਬੱਚਾ ਮੈਂ, ਕੋਈ ਗੱਲ ਨਹੀਂ। ਫਿਰ ਉਸ ਤੋਂ ਬਾਅਦ ਸਟੇਜਾਂ ਦੇ ਉੱਤੇ ਜਿਹੜੀ ਵੀ ਸਟੇਜ 'ਤੇ ਅਸੀਂ ਇਕੱਠੇ ਹੋਣਾ, ਕਿਤੇ ਮੇਲੇ 'ਤੇ ਇਕੱਠੇ ਹੋਣਾ, ਕਿਤੇ ਪ੍ਰੋਗਰਾਮ 'ਤੇ ਇਕੱਠੇ ਹੋਣਾ, ਇਹੀ ਕਹਿਣਾ ਕਿ ਇਹ ਮੇਰਾ ਵੱਡਾ ਬੇਟਾ ਆ, ਯੁੱਧਵੀਰ ਤੋਂ ਵੱਡਾ। ਯੁੱਧਵੀਰ ਕੌਣ ਆ? ਉਹ ਕੁਲਦੀਪ ਮਾਣਕ ਜੀ ਦਾ ਬੇਟਾ, ਸਾਰੀ ਦੁਨੀਆ ਨੂੰ ਪਤਾ। ਅੱਜ ਕੱਲ੍ਹ ਉਹਦੀ ਮੈਂਟਲੀ ਥੋੜ੍ਹੀ ਜਿਹੀ ਜਿਹੜੀ ਹਾਲਤ ਠੀਕ ਨਹੀਂ ਹੈਗੀ, ਅਤੇ ਇਸ ਕਰਕੇ ਪਰਮਾਤਮਾ, ਮੈਂ ਕਹਿੰਦਾ ਵੀ ਯੁੱਧਵੀਰ ਨੂੰ ਵੀ ਦਿਨੋਂ ਦਿਨ ਪਰਮਾਤਮਾ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਬਖਸ਼ੇ, ਉਹਨੂੰ ਠੀਕ ਕਰੇ। ਉਸੇ ਤਰ੍ਹਾਂ ਫਿਰ ਉਸ ਘਰ ਦਾ ਮਾਹੌਲ ਕੁਲਦੀਪ ਮਾਣਕ ਜੀ ਦਾ ਹੋਵੇ, ਅਤੇ ਮੇਰੀ ਇਹ ਦੁਆ ਆ। ਅਤੇ ਮੈਨੂੰ ਕੁਲਦੀਪ ਮਾਣਕ ਜੀ ਤੋਂ ਇੰਨਾ ਰਾਜਮਾ ਪਿਆਰ ਮਿਲਿਆ, ਕਹਿਣ ਦਾ ਭਾਵ ਮੈਂ ਸਟਰਗਲ ਬਹੁਤ ਕੀਤੀ ਜ਼ਿੰਦਗੀ 'ਚ, ਬੜੀ ਕੁੱਟ ਖਾਧੀ ਗਾਉਣ ਵਾਲਿਆਂ ਦੇ ਕੋਲੋਂ, ਬਹੁਤ ਗਾਲਾਂ ਖਾਧੀਆਂ, ਬੜੇ ਬੜੇ ਔਖੇ ਔਖੇ ਦੌਰ ਦੇ ਵਿੱਚੋਂ ਮੈਂ ਗੁਜ਼ਰਿਆ, ਪਰ ਮੈਂ ਕਦੇ ਸਿਦਕ ਨਹੀਂ ਹਾਰਿਆ। ਬੜੇ ਮੇਰੇ 'ਤੇ ਹਨੇਰੀਆਂ ਆਈਆਂ, ਬੜੇ ਤੂਫਾਨ, ਬੜੇ ਝੱਖੜ ਝੋਲੇ। ਸੁਖਵਿੰਦਰ ਪੰਛੀ ਇੱਕ ਜਿੰਦਾ ਦਿਲ ਇਨਸਾਨ ਦਾ ਨਾਮ ਹੈ। ਸੁਖਵਿੰਦਰ ਪੰਛੀ ਕਦੇ ਕਿਸੇ ਦੀ ਪਰਵਾਹ ਨਹੀਂ ਕਰਦਾ। ਮੈਂ ਕੋਈ ਵੀ ਮੰਜ਼ਿਲ ਹੋਵੇ, ਔਖੀ ਤੋਂ ਔਖੀ, ਮੈਂ ਤੈਅ ਕਰਨ ਦਾ ਮਾਣ ਰੱਖਦਾ ਵੀ ਮੈਂ ਕਰ ਸਕਦਾ। ਲਾਈਫ ਮੇ ਚਾਹੇ ਜਿਸ ਮਰਜ਼ੀ ਤਰ੍ਹਾਂ ਕਾ ਮੋੜ ਆਏ, ਪਰ ਆਪਣੇ ਅੰਦਰ ਇੱਕ ਪੈਸ਼ਨ ਕੋ ਜ਼ਿੰਦਾ ਰੱਖਣਾ ਹੈ ਔਰ ਉਸ ਕੀ ਤਰਫ ਆਗੇ ਬੜਤੇ ਰਹਿਣਾ ਹੈ। ਬਿਲਕੁਲ। ਤੇ ਸਰ ਜਾਂਦੇ ਜਾਂਦੇ ਤੁਸੀਂ ਸਾਡੇ ਆਡੀਅੰਸ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ? ਨਵਿਆ ਜੀ ਔਰ ਤਰਨ ਜੀ ਬਹੁਤ ਅੱਛਾ ਲੱਗਾ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕੀਤੀ। ਥੈਂਕ ਯੂ ਸਰ। ਅਤੇ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੀ ਸਾਰੀ ਟੀਮ ਦਾ। newsnumber.com ਦਾ ਮੈਂ ਬਹੁਤ ਬਹੁਤ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਕਰਦਾ ਰਹੂੰਗਾ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਰੂਬਰੂ ਕੀਤਾ। ਮੈਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਕਰੂੰਗਾ ਦੋਸਤੋ, ਚੰਗਾ ਗਾਣਾ, ਚੰਗਾ ਖਾਣਾ, ਚੰਗਾ ਪਹਿਨਣਾ, ਇਹ ਆਪਣੇ ਹਿੱਸੇ ਆਇਆ ਜ਼ਿੰਦਗੀ ਦੇ ਵਿੱਚ। ਅਸੀਂ ਪੰਜਾਬੀ ਹਾਂ, ਅਸੀਂ ਹਿੰਦੁਸਤਾਨੀ ਹਾਂ, ਬਹੁਤ ਵੱਡੇ ਦਿਲ ਵਾਲੇ ਅਸੀਂ ਹਾਂ। ਅਤੇ ਤੁਸੀਂ ਚੰਗਾ ਗਾਣਾ ਸੁਣਿਆ ਕਰੋ ਦੋਸਤੋ, ਚੰਗੇ ਗੀਤ, ਚੰਗਾ ਸਾਹਿਤ ਪੜ੍ਹਿਆ ਕਰੋ, ਚੰਗੀਆਂ ਚੀਜ਼ਾਂ, ਚੰਗੀਆਂ ਫਿਲਮਾਂ, ਚੰਗੀਆਂ ਕਿਤਾਬਾਂ,
ਚੰਗੀ ਨਿਊਜ਼ ਜਿਹੜੀ ਆ ਉਹ ਲੋਕਾਂ ਤੱਕ ਫੈਲਾਇਆ ਕਰੋ, ਚੰਗੇ ਕਲਾਕਾਰ ਨੂੰ ਸਪੋਰਟ ਕਰਿਆ ਕਰੋ, ਚੰਗੇ ਕਲਾਕਾਰ ਨੂੰ ਪ੍ਰਮੋਟ ਕਰਿਆ ਕਰੋ। ਮੇਰੇ ਵਰਗੇ ਬੇਸੁਰੇ ਨੂੰ ਵੀ ਮਾਣ ਬਖਸ਼ਣਾ, ਮੇਰਾ ਨਵਾਂ ਗੀਤ ਜਿਹੜਾ ਆਇਆ ਆ ਟਾਊਨ, ਤੁਸੀਂ ਇਹਨੂੰ ਸ਼ੇਅਰ ਵੀ ਕਰਨਾ ਆਪਣੀਆਂ ਫੇਸਬੁੱਕਾਂ 'ਤੇ, ਇਹਨੂੰ ਲੋਕਾਂ ਤੱਕ ਪਹੁੰਚਾਉਣਾ ਵੀ ਆ, ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ। ਜਿਹੜੇ ਸਾਰੇ ਸਿੰਗਰਾਂ ਦੇ ਗੀਤ ਚੰਗੇ ਲੱਗਦੇ ਸਾਰਿਆਂ ਦਾ ਤੁਸੀਂ ਸਪੋਰਟ ਕਰੋ, ਅਤੇ ਮੇਰੇ ਵੱਲੋਂ ਕੋਈ ਗਲਤੀ ਹੋਵੇ ਤਾਂ ਸੁਖਵਿੰਦਰ ਪੰਛੀ ਵੱਲੋਂ ਮਾਫ਼ੀ ਮੈਂ ਚਾਹੁੰਦਾ, ਜੇ ਕੋਈ ਮੈਂ ਕਿਸੇ ਦੇ ਸ਼ਾਨ ਦੇ ਖਿਲਾਫ਼ ਬੋਲਿਆ ਹੋਵੇ ਤਾਂ ਮੈਨੂੰ ਮਾਫ਼ ਕਰ ਦਿਓ। ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਮਿਹਰਬਾਨੀ, ਸ਼ੁਕਰੀਆ। ਬਹੁਤ ਅੱਛਾ ਲੱਗਾ ਸਰ ਆਪਕੇ ਸਾਥ ਬਾਤ ਕਰਕੇ, ਥੈਂਕ ਯੂ, ਖਾਸ ਕਰ ਆਪਕੇ ਸਾਥ ਬੈਠ ਕਰ ਲਾਈਵ ਸੁਣ ਕਰ। ਓ ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਨਾਈਸ, ਥੈਂਕ ਯੂ ਸੋ ਮਚ, ਥੈਂਕ ਯੂ।